ਅਗਲੇ ਨੇ ਆਪ ਦੀ ਜੋਤ ਦਿਖਾਈ ਆਪ ਦਾ ਬੰਦਾ ਜਿਹੜਾ ਝੂਠੇ ਕੇਸ ਦੇ ਵਿੱਚ ਅੰਦਰ ਸੀ ਉਹਨੂੰ ਛੁੜਾ ਲਿਆ ਤੇ ਮੈਂ ਗਿਣਤੀ ਕਰਕੇ ਦੱਸ ਸਕਦਾ ਜਿਹੜੇ ਲੀਡਰ ਬੋਲਦੇ ਆ ਨਾ ਇਹਨਾਂ ਪਿੱਛੇ ਕਿੰਨੇ ਲੋਕਾਂ ਤੇ ਝੂਠੇ ਪਰਚੇ ਹੋਏ ਆ ਤੇ ਇਹਨਾਂ ਨੇ ਕੀ ਕੀਤਾ ਹੁਣ ਤੱਕ ਉੱਥੇ ਕੋਲੇ ਤੇਰੇ ਲਾਸ਼ ਪਈ ਹੈ ਤੇਰੇ ਖਰੀ ਤੇਰੇ ਝਰੀਟ ਤੱਕ ਨਹੀਂ ਆਈ ਤੇ ਜਾਂ ਤਾਂ ਤੈਨੂੰ ਹਸਪਤਾਲ ਦਾਖਲ ਕਰਾਇਆ ਗਿਆ ਉਹ ਤੇਰੇ ਸੱਟਾਂ ਬਹੁਤ ਲੱਗੀਆਂ ਹੋਣ ਤੈਨੂੰ ਸੁਰਤ ਨਾ ਹੋਵੇ ਯਾਰ ਤੂੰ ਸੁਰਤ ਦੇ ਵਿੱਚ ਬੈਠੀ ਆ ਆਪਦੇ ਦੋਸਤ ਨੂੰ ਛੱਡ ਕੇ ਭੱਜ ਗਈ ਖਸਮ ਨੂੰ ਛੱਡ ਕੇ ਭੱਜ ਗਈ ਜੀ ਦੇ ਨਾਲ ਵਿਆਹ ਕਰਾਉਣਾ ਸੀ ਉਹਨੂੰ ਛੱਡ ਕੇ ਭੱਜ ਗਿਆ ਤੇ ਤੇਰਾ ਕਰੈਕਟਰ ਕੀ ਹੈ? ਕਰਦਾਰ ਕੀ? ਅੱਜ ਤੂੰ ਆ ਗੋਹਾ ਚੱਕੀਂ ਹੈ। ਸ਼ੂ ਕਰਦੇ। ਕਿਉਂ ਰੋਕ ਰਹੇ ਆ ਅਮਿਤ ਪਾਲੂ? ਕਿ ਜੇ ਜਵਾਨੀ ਜਾਗ ਪਈ, ਜੇ ਜਵਾਨੀ ਚ ਇਨੀ ਜਾਗਰੂਕਤਾ ਆ ਗਈ ਤੇ ਕਿਹਨੂੰ ਚੁਣਨਾ ਹੈ? ਕਿਹਨੂੰ ਅੱਗੇ ਲੈ ਕੇ ਹੁਣਾ ਤਾਂ ਫਿਰ ਸਾਡੀ ਦਵਾਰੀ ਨਹੀਂ ਹੋਣੀ। ਤੁਸੀਂ ਆਪਦੇ ਬੰਦੇ ਨੂੰ ਪਾਰਟੀਆਂ ਤੋਂ ਕੱਢਦੇ ਤੇ ਕਢਾਉਂਦੇ ਰਹੇ ਹੋ ਤੇ ਇੱਕ ਬੰਦਾ ਆਪਦੇ ਬੰਦਿਆਂ ਨਾਲ ਖੜਦਾ ਹੈ ਤੇ ਤੁਹਾਨੂੰ ਕਿੱਥੋਂ ਪਸੰਦ ਆਉਣਾ? ਸੋ ਪੰਜਾਬ ਦੀ ਤਸਵੀਰ ਆ। ਪੰਜਾਬ ਦੇ ਲੋਕ ਦਮੰਗ ਬੰਦਿਆਂ ਨੂੰ ਪਸੰਦ ਕਰਦੇ ਆ। ਇਹਨਾਂ ਚੋਰਾਂ, ਠੱਗਾਂ ਨੂੰ, ਇਹਨਾਂ ਡਰਪੋਕਾਂ ਨੂੰ ਪਸੰਦ ਨਹੀਂ ਕਰਦੇ। ਮਾਵਾ ਨੂੰ ਕਿਉਂ ਮੀਰ ਜਾਗੀ ਆਸ ਜਾਗੀ ਆ ਮਾਂ ਨੇ ਕਦੇ ਧਰ ਕੇ ਹਰੀਆਂ ਰਵਨੀਦ ਬੰਤੂ ਗੁਰ ਛਰਦੋ ਰਾਜਵੜੇ ਕੋਲ ਛਰਦੋ ਬਜੀਠੀਏ ਕੋਲ ਛਰਦਿਓ ਪਤਾ ਹੈ ਵੀ ਇਹਨਾਂ ਨੇ ਛਡਾਉਣਾ ਨਹੀਂ ਲਾਉਣਗੇ ਚੰਗੀ ਸਿੱਖਿਆ ਨਹੀਂ ਦੇਣੀ ਮਾਂ ਨੇ ਕਿਉਂਕਿ ਆ ਵੀ ਅਮਰਪਾਲ ਕੋਲ ਛੱਡ ਗਿਆ ਹੁਣ ਕਰੈਕਟਰ ਡਿਫਾਈਨ ਕਰਨ ਦੀ ਲੋੜ ਹੈਗੀ ਅਜਮਰਾਲੇ ਵਾਲੀ ਘਟਨਾ ਤੁਸੀਂ ਜਸਟੀਫਾਈ ਕਰਦੇ ਹੋ ਇੱਕ ਬੰਦਾ ਅੰਮ੍ਰਿਤ ਸ਼ਕਾਰਿਆ ਹੈ ਇੱਕ ਬੰਦਾ ਜਵਾਨੇ ਨੂੰ ਨਸ਼ਾ ਤੋਂ ਵਿਚਾਰ ਰਿਹਾ ਤੁਸੀਂ ਦੱਸ ਦਿਓ ਕਿੰਨੇ ਕ ਬਚਾਏ ਨਾਉ ਕਹਿੰਦੇ ਅਸੀਂ ਕੁੜਦੇ ਵੀ ਨਹੀਂ ਹੈਗੇ ਅਸੀਂ ਛੋਟੇ ਚ ਹਿੰਮਤ ਨਹੀਂ ਹੈਗੀ ਤੁਸੀਂ ਤਾਂ ਨਹੀਂ ਕੁਟ ਸਕ ਛੋਟੇ ਚ ਹਿੰਮਤ ਨਹੀਂ ਹੈਗੀ ਛੱਡ ਕੇ ਭੱਜਣ ਵਾਲੇ ਕੌਣ ਹੁੰਦੇ ਨੇ? ਕਦਾਰ, ਭਗੌੜੇ। ਹੁਣ ਗਦਾਰਾਂ ਭਗੌੜਿਆਂ ਨੇ ਬਈ ਇਹਨਾਂ ਨੂੰ ਆਧਾਰ ਬਣਾ ਕੇ ਆਪਾਂ ਕਲੇਮ ਕਰਾਂਗੇ, ਇਲਜ਼ਾਮ ਲਾਵਾਂਗੇ ਫੰਡਿੰਗ ਦਾ। ਉਹਨੂੰ ਪਤਾ ਹੀ ਨਹੀਂ ਪੰਜਾਬ ਕੀ ਚਾਹੁੰਦਾ ਹੈ, ਪੰਜਾਬ ਕੀ ਮੰਗਦਾ ਹੈ। ਉਹਨੂੰ ਅੱਜ ਤੱਕ ਇਹੀ ਨਹੀਂ ਪਤਾ ਲੱਗਾ ਜੇ ਪਤਾ ਇਹ ਤਾਂ ਗੂਗੇ ਬੋਲੇ ਬੜ ਕੇ ਬੈਠੇ। ਤੁਸੀਂ ਰਾਜਨੀਤਿਕ ਲੋਕੋ, ਤੁਸੀਂ ਥਾਣੇ ਘੇਰੋ, ਤੁਸੀਂ ਪਾਰਲੀਮੈਂਟ ਘਰਾਓ ਕਰਦੇ ਹੋ, ਤੁਸੀਂ ਵਿਧਾਨ ਸਭਾ ਘਰਾਓ ਕਰਦੇ ਹੋ। ਉਹਨੂੰ ਕਿਉਂ ਨਹੀਂ ਬਵਾਲ ਬਣਾਇਆ ਜਾਂਦਾ? ਜੇ ਤੁਸੀਂ ਸਿਆਸਤਦਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਖੁੰਦ ਦਿਨੇ ਉਸ ਛਾਤ ਮਈ ਤੇ ਫਿਰ ਸਾਡੇ ਇੱਕ ਨੌਜਵਾਨ ਨੂੰ ਕਿਉਂ ਨਹੀਂ ਇਹਬੀਨ ਅਲਟੀਮੇਟਮ ਦੇਤਾ ਚਿੱਤੇ ਵਿੱਚ ਕਿ ਜੇ ਜਨ ਆ ਰੈਸਟ ਹੋਈ ਅਸੀਂ ਸੜਕਾਂ ਦੇ ਉੱਤੇ ਆਵਾਂਗੇ ਤੰਦ ਨਾ ਤਾਣੀ ਜਲਾਹੇ ਨਾ ਡਲੋ ਡਾਂਗੀ ਰੋਲਾ ਇਹਨਾਂ ਨਾਲ ਤਾਂ ਹੈ ਹੀ ਨਹੀਂ ਤੇਰਾ ਰੋਲਾ ਸਰਕਾਰ ਨਾਲ ਪ੍ਰਧਾਨਗੀਆਂ ਮਿਲੀਆਂ ਲੋਕਾਂ ਦੀ ਆਵਾਜ਼ ਚੱਕਣ ਨੂੰ ਲੋਕਾਂ ਨੂੰ ਹੱਕ ਦਵਾਉਣ ਲਈ ਸਰਕਾਰ ਦੇ ਗੱਲ ਚ ਕੂਠਾ ਦੇਣ ਲਈ ਕਿ ਸਰਕਾਰ ਮੂਰੇ ਕੋਡੇ ਹੋਣ ਲਈ ਪ੍ਰਧਾਨਗੀਆਂ ਮਿਲੀਆਂ ਅਜਨਾਲੇ ਵਾਲੀ ਘਟਨਾ ਕੁਸੀਂ ਜਸਟੀਫਾਈ ਕਰਦੇ ਹੋ ਗੁਰੂ ਸਾਹਿਬ ਕਸਮ ਜਉਂਦੇ ਆ ਜਹਜਾ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਜਿੱਥੇ ਵੇਖੋਗੇ ਰਬਰ ਹੈ ਸਰਬੱਤਰਮੇ ਮਨ ਸਦਾ ਤੇ ਉਹ ਤਾਂ ਸਾਰੇ ਰਮਿਆ ਹੋਇਆ ਹੈ ਇਹ ਕਿਹੜਾ ਕੌਮ ਦਾ ਮੁੱਦਾ ਸੀ ਕਹਿੰਦੇ ਤਾਂ ਪਰਸਨਲ ਮੁੱਦਾ ਸੀਗਾ ਤੁਹਾਡਾ ਸਾਥੀ ਸੀਗਾ ਤਾਂ ਹਰ ਵੇਲਾ ਬੰਦਾ ਉੱਠ ਕੇ ਸਵਾਲ ਖੜਾ ਕਰ ਦਿੰਦਾ ਯਾਰ ਹਰ ਇੱਕ ਬੰਦਾ ਫੇਸਬੁੱਕ ਤੇ ਬੈਠਾ ਸਵਾਲ ਖੜਾ ਕਰ ਦਿੰਦਾ ਕੀ ਦੇ ਲਈ ਸਵਾਲ ਚੱਕਦੇ ਆ ਜਿਹੜਾ ਬੰਦਾ ਸਾਡੀ ਜਵਾਨੀ ਨੂੰ ਬਚਾਉਣ ਲੱਗਿਆ ਹੋਇਆ ਹੈ ਕੈਪਟਨ ਅਵਿੰਦਰ ਸਿੰਘ ਤੋਂ ਮਲਾਈਆਂ ਖਾਈ ਗਈ ਗੋਡੇ ਨਾਲ ਗੋਡਾ ਲਾ ਕੇ ਬੈਠੇ ਰਹੇ ਇਹ ਸਾਰੇ ਕਾਂਗਸੀ ਤਾਂ ਉਦੋਂ ਕਿਉਂ ਕਿਉਂ ਨਹੀਂ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਅੱਜ ਦਾ ਵਿਰੋਧੀ ਤੇ ਅੱਜ ਦਾ ਕਰ ਲੋ ਤਿੰਨ ਵਾਰ ਬਣੇ ਹੋ ਮੈਂਬਰ ਪਾਰਲੀਮੈਂਟ ਦੀ ਭਾਸ਼ਾ ਹੀ ਨਹੀਂ ਹੈਗੀ ਇਸ ਤੋਂ ਵਧੀਆ ਤਾਂ ਪਿੰਡ ਦਾ ਇੱਕ ਆਮ ਵਿਅਕਤੀ ਵਧੀਆ ਭਾਸ਼ਾ ਵਰਤ ਸਕਦਾ ਯਾਰ ਅਗਲੇ ਨੇ ਦਲੇਰੀ ਦਿਖਾਈ ਹੈ ਯਾਰ ਆਪ ਦਾ ਸਾਥ ਹੀ ਛੜਾ ਲਿਆ ਤੁਸੀਂ ਕਹਿੰਦੇ ਕੌਮੀ ਮਸਲਾ ਨਹੀਂ ਤੇ ਹੁਣ ਕੱਲੇ-ਕੱਲੇ ਨੌਜਵਾਨ ਨੂੰ ਨਿਸ਼ਾਨਾ ਬਣ ਦੇ ਦਿੱਤੀ ਫਿਰ ਪ੍ਰਸ਼ਾਸਨ ਨੇ ਬੰਦਾ ਛੱਡਿਆ ਕਿਉਂ ਇੱਕ ਕੰਮ ਤਾਂ ਦੱਸ ਦੋ ਪੰਜਾਬ ਵਿੱਚ ਇੱਕ ਬੱਚਾ ਦੱਸ ਦਿਓ ਇੱਕ ਬੱਚਾ ਦੱਸ ਦੋ ਵੀ ਤੁਸੀਂ ਇਸ ਬੱਚੇ ਦਾ ਜੀਵਨ ਬਣਾਇਆ ਏ ਇਹਨੂੰ ਦਲਦਲ ਚੋਂ ਨਸ਼ਿਆਂ ਦੇ ਚੋਂ ਕੱਢ ਕੇ ਸਿੱਧੇ ਰਸਤੇ ਦਾ ਇੱਕ ਦਸ ਦਿਨ ਜਿਆਦਾ ਨਹੀਂ ਵੀ ਪੁੱਛਦੇ ਨਾ ਸਾਰੇ ਨਿੱਡਿਆਂ ਨੂੰ ਪੁੱਛਦਾ ਇਹਦੇ ਨਸ਼ਾ ਵੰਡ ਕੇ ਵੋਟਾਂ ਲੈਣ ਵਾਲੇ ਲੋਕ ਨਸ਼ੇ ਤੇ ਦੂਜਿਆਂ ਤੇ ਇਲਜ਼ਾਮ ਨਸ਼ਾ ਦੇ ਲਾਉਣ ਦੀ ਹੈ ਜੇ ਰਾਜਾ ਬੜੀ ਗਾਉਣ ਬਣਾਉਣ ਵਾਸਤੇ ਤੱਕ ਮਜੀਦਪੁਰਾਡ ਮੰਨਣਗੇ ਜੇ ਅਬਦਾਲੀਆਂ ਨਾਲ ਸਿੱਖ ਸਮਝੌਤੇ ਕਰ ਲੈਂਦੇ ਤੇ ਸਿੱਖਾਂ ਦਾ ਕਰਤਾਰ ਅੱਜ ਦੁਨੀਆ ਦੇ ਵਿੱਚ ਕੀ ਹੁੰਦਾ ਜੇ ਮੱッセ ਰੰਗਣ ਦੀ ਧੌਣ ਭਾਈ ਸੁਖਾ ਸਿੰਘ ਤੇ ਭਾਈ ਮਹਤਾਰ ਸਿੰਘ ਨਾ ਵੱਢਦੇ ਤੇ ਕੀ ਹਾਲਾਤ ਹੁੰਦੇ ਪੰਜਾਬ ਦੇ ਤੇ ਸਿੱਖਾਂ ਦੀ ਸਾਡੇ ਕੌਮ ਕਿਹੋ ਜਿਹਾ ਨਿਰਾਸ਼ਾ ਦਾ ਮਾਹੌਲ ਚ ਹੁੰਦੀ ਜਾਂ ਖਤਮ ਹੋ ਜਾਂਦੀ ਪੰਜਾਬ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਅਮਰਿਤਪਾਲ ਉਹਨਾਂ ਦਾ ਨਾਮ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਈ ਸਿਆਸਤਦਾਨ ਕਹਿ ਰਹੇ ਨੇ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਔਰ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਉੱਤੇ ਟੈਰਰਿਸਟ ਹੋਣ ਦਾ ਯੂਆਪਾ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਕੀ ਵਾਕਈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਅਨਸਰਟੇਨਟੀ ਹੈ ਜਾਂ ਫਿਰ ਪੰਜਾਬ ਨੂੰ ਇੱਕ ਗਲਤ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਇਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਕਮਲਜੀਤ ਬਰਾੜੋਣੀ ਪਹੁੰਚੇ ਨੇ ਪਾਰਟੀ ਨੇ ਇਹਨਾਂ ਨੂੰ ਵੀ ਝਟਕਾ ਅਮਰਿਤਪਾਲ ਸਿੰਘ ਉਹਨਾਂ ਦੀ ਹਮਾਇਤ ਕਰਨ ਦੇ ਵਾਸਤੇ ਦਿੱਤਾ ਸੀ ਭਾਈ ਬੋਬੋ ਸਵਾਰਥ ਪਰ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿਤਪਾਲ ਸਿੰਘ ਇੱਕ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਤੁਹਾਡੀ ਤਾਂ ਪਾਰਟੀ ਨੇ ਹੀ ਤੁਹਾਨੂੰ ਪਾਰਟੀ ਤੋਂ ਇਸ ਕਰਕੇ ਬਾਹਰ ਦਾ ਰਸਤਾ ਦਿਖਾਇਆ ਕਿ ਤੁਸੀਂ ਕਹਿੰਦੇ ਹਮਾਇਤ ਕਰਦੇ ਸੀ ਚੰਗੇ ਕੰਮਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੋ ਅੱਜ ਤਸਵੀਰ ਸਾਹਮਣੇ ਨਜ਼ਰ ਆ ਰਹੀ ਹੈ ਅੱਜ ਤੱਕ ਦੀ ਕਾਰਗੁਜ਼ਾਰੀ ਚ ਉਹਦੇ ਚ ਗਲਤ ਕੀ ਹੈ ਕੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦਲਦਲ ਚੋਂ ਬਾਹਰ ਕੱਢ ਕੇ ਜਿਹੜਾ ਜਿਹੜਾ ਕਿ ਰਾਸੀ ਲੋਕਾਂ ਕਰਕੇ ਵੜੇ ਆ ਤੇ ਰਾਸੀ ਲੋਕਾਂ ਦੀ ਜ਼ਿੰਮੇਵਾਰੀ ਸੀ ਇੱਕ ਬੰਦਾ ਬਿਨਾਂ ਸਰਕਾਰ ਤੋਂ ਜ਼ਿੰਮੇਵਾਰੀ ਨਿਭਾ ਰਿਹਾ ਤੇ ਫਿਰ ਅਮਰ ਛਕਾਰਿਆ ਤੇ ਚ ਗਲਤ ਕੀ ਹੈ ਫਿਰ ਕਿਉਂ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਇਹਦਾ ਮਤਲਬ ਉਹਨੂੰ ਨਹੀਂ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਲੋਕ ਟਾਰਗੇਟ ਕਰਦੇ ਉਹ ਸਿੱਖੀ ਨੂੰ ਟਾਰਗੇਟ ਕਰ ਰਹੇ ਆ ਮਤਲਬ ਇੱਕੇ ਪ੍ਰਚਾਰ ਦੀ ਲਹਿਰ ਹੈ ਜਿਹੜੀ ਬੜੇ ਚਿਰ ਬਾਅਦ ਆਰੰਭੀ ਹੋਈ ਹੈ। ਹੂੰ। ਤੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਤਾਂ ਜ਼ਿੰਮੇਵਾਰੀ ਤੋਂ ਮੁਨਕਰ ਹੋਗੇ। ਤੇ ਜੇ ਇੱਕ ਨੌਜਵਾਨ ਨੇ ਜ਼ਿੰਮੇਵਾਰੀ ਚੱਕੀ ਆ ਜਾਨ ਜੋਖਮ ਚ ਪਾ ਕੇ ਅਲੀ ਗੱਲ ਹੈ। ਅੱਜ ਤੱਕ ਦੇਖਿਆ ਹੀ ਅਸੀਂ। ਕਿ ਜੋ ਵੀ ਅੱਜ ਤੱਕ ਸਿੱਖਾਂ ਨੂੰ ਜੁਗਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ ਤੇ ਸਰਕਾਰ ਕੀ ਕਰਦੀ ਉਹਦੇ ਨਾਲ ਆਪਾਂ ਦੇਖਦੇ ਆਏ ਹਾਂ ਕਿੰਨੇ ਲੋਕ ਨੇ ਸਾਡੇ ਕਿੰਨੇ ਨੌਜਵਾਨ ਨੇ ਚੰਡੀਗੜ੍ਹ ਮੋਰਚਾ ਲਗਾਇਆ ਕਿੰਨੇ ਨੌਜਵਾਨ ਭਰਾਵਾਂ ਲਈ ਉਹਨਾਂ ਦੀ ਜਵਾਨੀ ਜੇਲਾ ਚ ਲੰਘੀ। ਹੂੰ। ਸਾਡੇ ਵੱਡੇ ਭਰਾ ਨੇ ਉਹ ਪਰ ਅਜੇ ਤੱਕ ٹرسٹ ਫੈਕਟਰ ਕਿਉਂ ਨਹੀਂ ਬਣ ਪਾਰਿਆ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਕਿਉਂ ਅਜੇ ਵੀ ਲੋਕ ਇਹ ਮਹਿਸੂਸ ਕਰ ਰਹੇ ਨੇ ਜਾਂ ਜੋ ਸਿੱਖ ਇੰਟੈਲੈਕਚੁਅਲਸ ਕੁਛ ਆਪਾ ਕਹ ਲਈਏ ਜਾਂ ਕੁਝ ਪੋਲੀਟੀਕਲ ਐਕਸਪਰਟਸ ਕਹ ਲਈਏ ਉਹ ਜਿਕਰ ਕਿਉਂ ਕਰਦੇ ਆਉਂਦੇ ਨੇ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਪਿੱਛੇ ਏਜੰਸੀਆਂ ਦਾ ਹੱਥ ਹੋ ਸਕਦਾ ਹੈ ਪਲਾਂਟਡ ਬੰਦਾ ਹੋ ਸਕਦਾ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵਿਸ਼ਵਾਸ ਨਹੀਂ ਬਣਿਆ ਆਮ ਲੋਕਾਂ ਦਾ ਵਿਸ਼ਵਾਸ ਖਾਲਸਾ ਵਹਿਰ ਚੱਲੀ ਕਿੰਨੇ ਲੋਕ ਚੱਲੇ ਨਾਲ ਕਿ ਜਿੱਥੇ ਅਮਰਿਤਪਾਲ ਸਿੰਘ ਜਾਂਦਾ ਕਿੰਨਾ ਇਕੱਠ ਹੁੰਦਾ ਉੱਥੇ ਪੰਜਾਬ ਦੀ ਜਵਾਨੀ ਨੇ ਤਾਂ ਹੰਗਾਰਾ ਪਰਤਾ ਨਾ ਪੰਜਾਬ ਦੀ ਜਵਾਨੀ ਨੇ ਤਾਂ ਉਹਨੂੰ ਆਪ ਦਾ ਆਗੂ ਚੁਣ ਲਿਆ ਇਹ ਵੱਖਰੀ ਗੱਲ ਆ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਰਾਜਨੀਤਿਕ ਲੋਕਾਂ ਨਾਲ ਰਾਜਨੀਤੀ ਚ ਨਹੀਂ ਆਉਂਗਾ ਸਿਆਸਤਦਾਨਾਂ ਦੀ ਜਿਹੜੇ ਚੰਗੇ ਹੋਣਗੇ ਅਸੀਂ ਮਦਦ ਕਰਾਂਗੇ ਪਰ ਅਸੀਂ ਸਿਆਸਤ ਨਹੀਂ ਕਰਾਂਗੇ ਪਰ ਜਿਹੜੇ ਲੋਕ ਕਹਿੰਦੇ ਆ ਜਿਹੜੇ ਲੋਕ ਸਵਾਲ ਚੱਕਦੇ ਆ ਉਹਨਾਂ ਲੋਕਾਂ ਦੀ ਪੰਜਾਬ ਨੂੰ ਕੀ ਦੇਣਾ ਉਹਨਾਂ ਦਾ ਪੋਲੀਟੀਕਲ ਕੈਰੀਅਰ ਦੇਖੋ ਕੋਈ ਤਿੰਨ ਤਿੰਨ ਵਾਰੀ ਐਮਪੀ ਬਣ ਗਏ ਕੋਈ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਐਮਐਲਏ ਬਣ ਗਏ ਮੰਤਰੀ ਵੀ ਬਣ ਗਏ ਬਾਦ ਉਹਨਾਂ ਦੇ ਖਾਸ ਰਹੇ ਰਿਸ਼ਤੇਦਾਰ ਕਈ ਸਾਡੀ ਪਾਰਟੀ ਕਾਂਗਰਸ ਮੇਰੀ ਸਾਫਕਾ ਪਾਰਟੀ ਕਹਿ ਸਕਦੇ ਆ ਉਹਦੇ ਪ੍ਰਧਾਨ ਵੀ ਨੇ ਤੇ ਉਹਨਾਂ ਦੀ ਦੇਣ ਕੀ ਆ ਪੰਜਾਬ ਨੂੰ ਤੁਹਾਡੇ ਪ੍ਰਧਾਨ ਉਹੀ ਤਾਂ ਤੁਹਾਡੀ ਪਾਰਟੀ ਦੇ ਸਾਫਕਾ ਜਿਹੜੇ ਤੁਹਾਡੀ ਸਾਫਕਾ ਪਾਰਟੀ ਆ ਉਹਦੇ ਪ੍ਰਧਾਨ ਤਾਂ ਕਹਿੰਦੇ ਕਿ ਅਮਰਿਤਪਾਲ ਜ਼ਹਿਰ ਉਗਲ ਰਿਹਾ ਪੰਜਾਬ ਦੇ ਵਿੱਚ ਹੂੰ ਤਾਂ ਤੁਸੀਂ ਤੁਸੀਂ ਕੀ ਕਰ ਰਹੇ ਹੋ ਲੋਕਾਂ ਦੀ ਤੁਹਾਡੀ ਜ਼ਿੰਮੇਵਾਰੀ ਕੀ ਆ ਤੁਹਾਨੂੰ ਕਾਂਗਰਸ ਨੇ ਕੀ ਜ਼ਿੰਮੇਵਾਰੀ ਦੇ ਕੇ ਬਿਠਾਇਆ ਹੈ ਪੰਜਾਬ ਦੀ ਕਿ ਤੁਸੀਂ ਸਿੱਖਾਂ ਨੂੰ ਕਾਂਗਰਸ ਤੋਂ ਪਾਸੇ ਕਰ ਦਿਓ ਕਿਵੇਂ ਕਰ ਸਕਦੇ ਹੋ ਸਿੱਖਾਂ ਨੇ ਤਿੰਨ ਵਾਰ ਪੰਜਾਬ ਚ ਕਾਂਗਰਸ ਸਰਕਾਰ ਬਣਾਈ 1984 ਤੋਂ ਬਾਅਦ ਕਿ ਇਹ ਸਿੱਖਾਂ ਦੇ ਯੋਗਦਾਨ ਨੂੰ ਭੁੱਲ ਜਾਓਗੇ ਤੁਸੀਂ ਤਾਂ ਫਿਰ ਤਾਂ ਤੁਸੀਂ ਸਿੱਧੇ ਸ਼ਬਦਾ ਚ ਬੀਜੇਪੀ ਦੀ ਬੋਲੀ ਬੋਲ ਰਹੇ ਹੋ ਬੀਜੇਪੀ ਦੀ ਜਿਹੜੀ ਸਿਆਸਤ ਦਾ ਜਿਹੜਾ ਪੈਟਰਨ ਨਾ ਉਹਦਾ ਉੱਤੇ ਕੰਮ ਕਰ ਰਹੇ ਹੋ ਤੁਸੀਂ ਜੋ ਬੀਜੇਪੀ ਚਾਹੁੰਦੀ ਆ ਕਿ ਅਸੀਂ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਨਾਲ ਜੋੜੀਏ ਚਾਹੇ ਅਸੀਂ ਉਹ ਡਰਾ ਕੇ ਜੋੜੀਏ ਚਾਹੇ ਅਸੀਂ ਕਿਸੇ ਤਰੀਕੇ ਨਾਲ ਲਾਲਚ ਦੇ ਕੇ ਜੋੜੀਏ ਰਾਜਾ ਵੜਿੰਗ ਤੋਂ ਬਿਆਨ ਬੀਜੇਪੀ ਵੱਲੋਂ ਦੁਹਾਈ ਜਾ ਰਹੇ ਨੇ ਹੁਣ ਇਹਨਾਂ ਬਿਆਨਾਂ ਤੋਂ ਮੈਨੂੰ ਦੱਸਤਾ ਦਿਓ ਨਾ ਕਿ ਅਮਰਤਪਾਲ ਸਿੰਘ ਨੇ ਇੱਕ ਕੀ ਇਹ ਹਜਾ ਗੁਨਾਹ ਹੁਣ ਤੱਕ ਕੀਤਾ ਹੈ ਅਸੀਂ ਪਾਰਟੀ ਦੇ ਵਿੱਚ ਰਾਜਨੀਤਿਕ ਤੌਰ ਤੇ ਤੁਸੀਂ ਰਾਜਨੀਤਿਕ ਲੋਕ ਹੋ ਤੁਸੀਂ ਥਾਣੇ ਘੇਰੋ ਤੁਸੀਂ ਪਾਰਲੀਮੈਂਟ ਘਰਾਓ ਕਰਦੇ ਹੋ ਤੁਸੀਂ ਵਿਧਾਨ ਸਭਾ ਘਰਾਓ ਕਰਦੇ ਹੋ ਉਹਨੂੰ ਕਿਉਂ ਨਹੀਂ ਬਵਾਲ ਬਣਾਇਆ ਜਾਂਦਾ ਨਹੀਂ ਨਾ ਉਹ ਕਹਿੰਦੇ ਅਸੀਂ ਕੁੜਦੇ ਵੀ ਨਹੀਂ ਹੈਗੇ ਅਸੀਂ ਜਾ ਕੇ ਥੋੜੇ ਜਿ ਹਿੰਮਤ ਨਹੀਂ ਹੈਗੀ ਤੁਸੀਂ ਤਾਂ ਨਹੀਂ ਕੁੱਟ ਸਕਦੇ ਥੋੜੇ ਜਿ ਹਿੰਮਤ ਨਹੀਂ ਹੈਗੀ ਉਹ ਸ਼ਾਂਤਮਈ ਜਾ ਰਹੇ ਆ ਪੁਲਿਸ ਨੇ ਡਾਂਗਾਂ ਭਰਾਤੀਆਂ ਤੇ ਮੂਰੋਂ ਮੁਕਾਬਲਾ ਕਰਨਾ ਮੁਕਾਬਲਾ ਕਿਹੜਾ ਹਰੇਕ ਨੂੰ ਕਰਨਾ ਹੁੰਦਾ ਅਗਲੇ ਨੇ ਆਪ ਦੀ ਜ਼ਰੂਰਤ ਵਿਖਾਈ ਆਪ ਦਾ ਬੰਦਾ ਜਿਹੜਾ ਝੂਠੇ ਕੇਸ ਦੇ ਵਿੱਚ ਅੰਦਰ ਸੀ ਉਹਨੂੰ ਛੁੜਾ ਲਿਆ ਤੇ ਮੈਂ ਗਿਣਤੀ ਕਰਕੇ ਦੱਸ ਸਕਦਾ ਜਿਹੜੇ ਲੀਡਰ ਬੋਲਦੇ ਆ ਨਾ ਇਹਨਾਂ ਪਿੱਛੇ ਕਿੰਨੇ ਲੋਕਾਂ ਤੇ ਝੂਠੇ ਪਰਚੇ ਹੋਏ ਆ ਤੇ ਇਹਨਾਂ ਨੇ ਕੀ ਕੀਤਾ ਹੁਣ ਤੱਕ 12 ਸਾਲ ਦੇ ਬੱਚੇ ਤੇ ਪਿੰਡ ਮਦਾਰਪੁਰਾ ਸਿਧਵਾ ਵੇੜ ਦਾ ਬਲਾਕ ਦਾ ਪਿੰਡ ਆ ਅੱਜਕੱਲ ਦਾਖਾ ਹਲਕਾ ਦਾ ਪਿੰਡ ਆ ਉੱਥੇ ਪਰਚਾ ਦਰਜ ਹੋ ਗਿਆ 12 ਸਾਲ ਦੇ ਬੱਚੇ ਤੇ 307 ਦਾ ਕਾਲੀ ਦਲ ਦੀ ਸਰਕਾਰ 'ਚ ਮੈਂ ਵੀ ਨਾਲ ਸੀ ਭਾਰਤ ਪੂਸ਼ਣ ਆਸ਼ਰਮ ਸੀ ਬਿੱਟੂ ਸੀ ਸਾਰੇ ਸੀ ਅਸੀਂ ਥਾਣਾ ਕੇਰਿਆ ਦਰਵਾਜ਼ੇ 'ਚ ਲੱਤਾਂ ਮਾਰੀਆਂ ਕਿਸੇ ਨੇ ਨਹੀਂ ਬ ਤੇ ਨਾ ਉਹ ਬੱਚਾ ਛੁੱਟਿਆ ਸਾਡੇ ਤੋਂ ਨਾ ਉਹ ਛੁੜਾ ਸਕੇ ਅਗਲੇ ਨੇ ਆਪਦੀ ਹਿੰਮਤ ਦਲੇਰੀ ਦੇ ਨਾਲ ਆਪਦਾ ਸਾਥੀ ਛੁੜਾ ਲਿਆ ਤਾਂ ਤੁਸੀਂ ਉਹਨੂੰ ਗਲਤ ਕਹਿੰਦੇ ਹੋ ਤੁਹਾਡੇ 'ਚ ਕਿਉਂ ਨਹੀਂ ਦਲੇਰੀ ਦੜਤਾ ਹੈ ਪੁਲਿਸ ਕੁੱਟੀ ਅੱਛਾ ਪੁਲਿਸ ਤੋਂ ਡਾਂਗਾ ਖਾਈ ਜਾਓ ਪੁਲਿਸ ਤੋਂ ਤੁਸੀਂ ਪਰ ਕਹਿੰਦੇ ਕਹਿੰਦੇ ਦਲੇਰੀ ਦਿਖਾਉਣੀ ਸੀ ਤੁਸੀਂ ਤੁਸੀਂ ਪੁਲਿਸ ਤੋਂ ਪਤਾ ਹੀ ਨਹੀਂ ਕਿੰਨੇ ਵਾਰ ਸਾਡੇ ਸਿੱਖ ਨੌਜ ਉਹਨਾਂ ਦੀ ਪੱਗਾਂ ਲਵਾਈਆਂ ਤੁਸੀਂ ਆਪਦੀਆਂ ਪੱਗਾਂ ਲਵਾਈਆਂ ਤੇ ਤੁਸੀਂ ਤੁਸੀਂ ਹਿੰਮਤ ਦਲੇਰੀ ਕਰ ਨਹੀਂ ਸਕੇ ਵੀ ਉਹਨਾਂ ਦੇ ਮੂਹਰੇ ਖੜ੍ਹ ਜਾਓ ਜੇ ਕੋਈ ਖੜਾ ਆਪਦੀ ਪੱਗ ਥੋੜੀ ਲਵਾਉਣੀ ਹੈ ਯਾਰ ਪੱਗ ਬੰਨੀ ਆ ਤੈਨੂੰ ਸਾਹਮਣਾ ਵੀ ਆਉਂਦਾ ਹੋਣਾ ਚਾਹੀਦਾ ਪਰ ਕਹਿੰਦੇ ਜਿਹੜੇ ਪੁਲਿਸ ਵਾਲਿਆਂ ਦੇ ਆ ਵੀ ਪੱਗਾਂ ਲਾਈਆਂ ਉਹ ਵੀ ਤਾਂ ਸਿੱਖੀ ਸੀ ਨਾ ਦੇਖੋ ਜਦੋਂ ਜੰਗ ਹੁੰਦੀ ਹੈ ਲੜਾਈ ਹੁੰਦੀ ਹੈ ਤੇ ਜਦੋਂ ਪੁਲਿਸ ਕੁੱਟਣ ਲੱਗੀ ਆ ਤੇ ਪੁਲਿਸ ਕੁੱਟ ਖਾਊਗੀ ਵੀ ਫਿਰ ਬਿਨਾਂ ਗੱਲ ਤੋਂ ਨਜਾਇਜ਼ ਕਿਉਂ ਕੁੱਟ ਰਹੇ ਹੋ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਨ ਦਿਓ ਜੇ ਤੁਸੀਂ ਸਿਆਸਤਦਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਖੁੱਲ੍ਹ ਦਿੰਦੇ ਹੋ ਸ਼ਾਂਤਮਈ ਤੇ ਫਿਰ ਸਾਡੇ ਇੱਕ ਨੌਜਵਾਨ ਨੂੰ ਕਿਉਂ ਨਹੀਂ ਤੁਸੀਂ ਧੱਕ ਰਹੇ ਹੋ ਨਾ ਉਧਰ ਨੂੰ ਤੁਸੀਂ ਧੱਕ ਰਹੇ ਹੋ ਸਾਨੂੰ ਪੰਜਾਬ ਦੀ ਜਵਾਨੀ ਨੂੰ ਪਹਿਲਾਂ ਵੀ ਅਸੀਂ ਧੱਕਿਆ ਗਿਆ ਹੁਣ ਤੁਸੀਂ ਧੱਕ ਰਹੇ ਹੋ ਕਿਉਂ ਨਹੀਂ ਪੰਜਾਬ ਦੀ ਜਵਾਨੀ ਦੇ ਜਜ਼ਬਾਤਾਂ ਨੂੰ ਸਮਝਿਆ ਜਾਂਦਾ ਕਿਉਂ ਨਹੀਂ ਉਹਨਾਂ ਦੀ ਤਰਜਮਾਨੀ ਹੁੰਦੀ ਤੁਸੀਂ ਫਿਰ ਤੋਂ ਕਹਿੰਦੇ ਇਹ ਵਾਰਿਸ ਖਫਾਉਣ ਦੇ ਲਾਇਕ ਹੀ ਨਹੀਂ ਹੈਗੇ ਜਿਹੜੇ ਕਹਿੰਦੇ ਗੁਰੂ ਨੂੰ ਇੱਕ ਆਪਣਾ ਕਵਚ ਬਣ ਕੇ ਇਸਤੇਮਾਲ ਕਰਦੇ ਨੇ ਸ਼ੀਲਡ ਵਾਂਗੂ ਇਸਤੇਮਾਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਦਾ ਸਤਕਾਰ ਦਾ ਉਹ ਬੰਦਾ ਗੱਲ ਕਰ ਸਕਦਾ ਇਹ ਜਿਹੜੇ ਜਿੰਨੇ ਬੋਲ ਰਹੇ ਹਨ ਨਾ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ 2015 ਤੋਂ ਰਾਜਾ ਵੜਿੰਗਰ ਵਿਨੀਤ ਬਿੱਟੂ ਬਿਕਰਮਜੀਠੀਆ ਜਾਂ ਭਗਵਾਨ ਤੁਮਨ ਦੱਸਣ ਕਿਹੜੇ ਧਰਨੇ 'ਚ ਬੈਠ ਕੇ ਇਹਨਾਂ ਨੂੰ ਸ਼ਮੂਲਿਤ ਕੀਤੀ ਆ ਕਿਹੜਾ ਸਤਕਾਰ ਇਹਨਾਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਦਾ 8ਵਾਂ ਵਰਾ ਲੱਗ ਗਿਆ ਬੇਅਦਬੀ ਨੂੰ ਤਾਂ ਜਦੋਂ ਪਹਿਲਾਂ ਤਾਂ ਚਲੋ ਆਪੋਜੀਸ਼ਨ 'ਚ ਸੀ ਉਹ ਤਾਂ ਬਹਿ ਹੀ ਸਕਦੇ ਸੀ ਇਹ ਨਹੀਂ ਬੈਠੇ ਦੋਨੇ ਕਾਂਗਰਸੀ ਆਗੂ ਹੁਣ ਆਪਦੀ ਸਰਕਾਰ ਸੀਗੀ 5 ਸਾਲ ਕੈਪਟਨ ਮਰਿੰਦਰ ਸਿੰਘ ਪੌਣੇ-ਪੰਜ ਵਰੇ ਮੁੱਖ ਮੰਤਰੀ ਰਿਹਾ ਕਿੱਦੇ ਰਾਜਾ ਵੜਿੰਗਰ ਨੇ ਉਹਨੂੰ ਕਿਹਾ ਵੀ ਬੇਅਦਬੀ ਦਾ ਮਸਲਾ ਹੱਲ ਕਰਾਓ ਜੀ ਸਤਕਾਰ ਹੁੰਦਾ ਗੁਰੂਦੰ ਦਾ ਤਾਂ ਹੀ ਕਹਿੰਦੇ ਨਾ ਅਸੀਂ 15 ਵਾਰ ਮਿਲਿਆ ਦੋ ਵਾਰ ਤਾਂ ਚਲੋ ਮੇਰੀ ਗੱਲ ਨੂੰ ਕੋਈ ਅਮਰਿਤਪਾਲ ਵੇਲੇ ਹੀ ਕਿਉਂ ਇਹਨਾਂ ਨੂੰ ਸਤਕਾਰ ਇਜਾਗ ਰਹੇ ਹਾਂ ਬਸ ਉਹੀ ਤਾਂ ਗੱਲ ਹੈ ਨਾ ਇੱਕ ਤੁਸੀਂ ਗੱਲ ਸਮਝੋ ਕਿ ਇਹ ਲੋਕ ਆਪ ਦਾ ਸਾਰਾ ਕੁਝ ਗਵਾ ਚੁੱਕੇ ਆ ਜਦੋਂ ਇਹਨਾਂ ਕੋਲੇ ਮੌਕੇ ਸੀ ਜਦੋਂ ਇਹਨਾਂ ਕੋਲੇ ਤਾਕਤਾਂ ਸੀ ਪਾਵਰਾਂ ਸੀ ਕੁਝ ਕਰਨ ਦੀ ਆ ਉਦੋਂ ਇਹਨਾਂ ਨੇ ਨੋਟ ਇਕੱਠੇ ਕੀਤੇ ਲੋਕਾਂ ਲਈ ਕੁਝ ਕੀਤਾ ਨਹੀਂ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਤਾਂ ਸਿਆਸੀ ਜ਼ਮੀਨ ਖੁੱਸ ਗਈ ਆ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਇਹ ਭਾਜਪਾ ਦਾ ਏਜੰਡਾ ਹੈ ਜੀ ਭਾਜਪਾ ਦਾ ਏਜੰਡਾ ਹੈ ਕਿ ਕੁਝ ਬੰਦੇ ਰਲਾ ਲਓ ਕੁੱਟ ਕੇ ਮਾਰ ਕੇ ਡਰਾ ਕੇ ਉਹ ਰਲਾਏਗੇ ਤੁਹਾਨੂੰ ਹੀ ਪਤਾ ਕਿਹੜੇ ਘਰੇਦਲੇ ਆ ਤੇ ਕੁਝ ਬੰਦੇ ਕਾਂਗਰਸ 'ਚ ਰਹਿਣ ਦੇਉ ਤੇ ਜਿਹੜੇ ਅੰਦਰ ਬੈਠ ਕੇ ਕਾਂਗਰਸ ਦਾ ਨੁਕਸਾਨ ਕਰਨ ਕਾਂਗਰਸ ਨਾਲੋਂ ਸਿੱਖ ਵੋਟ ਬੈਂਕ ਤੋੜ ਦੇਣ ਕੀ ਲੋੜ ਆ ਤੈਨੂੰ ਬਿਆਨ ਦੇਣੀ ਤੂੰ ਇਹ ਦੱਸ ਤੂੰ 24 ਘੰਟੇ ਬੇਅਦਬੀ ਦਾ ਹੱਲ ਕਰਨ ਦੀ ਗੱਲ ਕੇਜਰੀਵਾਲ ਨੇ ਕਹੀ ਸੀ ਤੂੰ ਉਹਦੀ ਗੱਲ ਤਾਂ ਡੀਜੀਪੀ ਨਾਲ ਕੀਤੀ ਨਹੀਂ ਉਹਨੂੰ ਤਾਂ ਚਿੱਠੀ ਲਿਖੀ ਨਹੀਂ ਇਸ ਗੱਲ ਦੀ ਸਭ ਤੋਂ ਵੱਧ 15-15 ਸਾਲ ਦੇ ਬੱਚੇ ਅੱਜ ਨਸ਼ੇ ਨਾਲ ਮਰ ਰਹੇ ਨਸ਼ਾ ਵੱਧ ਗਿਆ ਹੈ ਤੁਸੀਂ ਉਹਨੂੰ ਬੰਦ ਕਰਨ ਦੀ ਗੱਲ ਤਾਂ ਕਰਦੇ ਨਹੀਂ ਤੁਸੀਂ ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਹੋ ਕਿ ਬਾਹਰ ਪ੍ਰਵਾਸ ਕਰ ਰਹੀ ਹੈ ਤੁਸੀਂ ਨੌਕਰੀਆਂ ਦੀ ਗੱਲ ਤਾਂ ਕਰਦੇ ਨਹੀਂ ਉਹਦੇ ਬਾਰੇ ਤੁਹਾਡੇ ਕੋਲ ਚਿੱਠੀਆਂ ਲਿਖਣ ਦਾ ਟਾਈਮ ਹੈ ਨਹੀਂ ਜੇ ਇੱਕ ਨੌਜਵਾਨ ਪੰਜਾਬ ਦੀ ਜਵਾਨੀ ਨੂੰ ਸਿੱਧੇ ਪਾਸੇ ਰਾਹ ਕਿਉਂ ਨਹੀਂ ਲਾਉਣ ਦਿੰਦੇ ਇਹ ਕਿਉਂ ਰੋਕ ਰਹੇ ਅਮਰਪਾਲ ਨੂੰ ਕਿ ਜੇ ਜਵਾਨੀ ਜਾਗ ਪਈ ਜੇ ਜਵਾਨੀ ਚ ਇੰਨੀ ਜਾਗਰੂਕਤਾ ਆ ਗਈ ਵੀ ਕਿਹਨੂੰ ਚੁਣਨਾ ਹੈ ਕਿਹਨੂੰ ਅੱਗੇ ਲੈ ਕੇ ਆਉਣਾ ਤਾਂ ਫਿਰ ਸਾਡੀ ਤਾਂ ਵਾਰੀ ਨਹੀਂ ਆਉਣੀ ਰੌਲਾ ਇਸ ਗੱਲ ਦਾ ਹੈ ਸਿਆਸੀ ਜ਼ਮੀਨ ਇਹਨਾਂ ਲੋਕਾਂ ਦੀ ਗਵਾਚੀ ਹੋਈ ਆ ਇੱਕ ਤਾਂ ਪਾਰਟੀ ਜਮ੍ਹਾਂ ਖਤਮ ਹੋ ਚੁੱਕੀ ਆ ਤੁਸੀਂ ਵੀ ਜਾਣਦੇ ਹੋ ਉਸ ਉਹ ਬੰਦਾ ਬੋਲ ਰਿਹਾ ਉਸ ਪਾਰਟੀ ਦਾ ਰਿਸ਼ਤੇਦਾਰ ਦੂਜੇ ਆ ਬੋਲ ਰਿਹਾ ਜਿਨ੍ਹਾਂ ਦੇ ਕਰਕੇ ਪਾਰਟੀ ਖਤਮ ਹੋ ਰਹੀ ਆ ਇਹ ਮੈਨੂੰ ਇਹ ਨਹੀਂ ਗੱਲ ਸਮਝ ਆ ਰਹੀ ਵੀ ਕਾਂਗਰਸ ਦੇ ਵਿੱਚ ਬੜੇ ਸੂਝਵਾਨ ਤੇ ਸਿਆਣੇ ਬੰਦੇ ਲੀਡਰ ਬੈਠੇ ਨੇ ਪੁਰਾਣੇ ਬੈਠੇ ਨੇ ਉਹ ਕਿਉਂ ਨਹੀਂ ਰੋਕਦੇ ਇਹਨਾਂ ਨੂੰ ਇਸ ਗੱਲ ਤੋਂ ਵੀ ਤੂੰ ਇਹੋ ਜਿਹਾ ਬਿਆਨ ਕਾਕਾ ਕਿਉਂ ਦੇਣਾ ਜਾਓ ਇਹ ਚਾਹੁੰਦੇ ਜੀਪੀ ਨੂੰ ਅਲਟੀਮੇਟਮ ਦੇਤਾ ਚੱਕੀ ਦੇ ਵਿੱਚ ਕਹਿੰਦੇ ਜੇ ਨਾ ਅਰੈਸਟ ਹੋਈ ਅਸੀਂ ਸੜਕਾਂ ਦੇ ਉੱਤੇ ਆਵਾਂਗੇ ਸਾਡੀ ਪਾਰਟੀ ਦਾ ਇੱਕ ਨੌਜਵਾਨ ਚਿਹਰਾ ਚਲਾ ਗਿਆ ਬੇਵਸ ਮਾਪਿਆਂ ਦਾ ਇਕਲੌਤਾ ਪੁੱਤ ਉਦੋਂ ਕਿਹਾ ਵੀ ਸੜਕਾਂ ਤੇ ਆਏ ਬਈ ਕੀ ਗੱਲ ਉਹਨੂੰ ਭਰਾ ਬਣਾਇਆ ਸੀ ਕੀ ਸਿਰਫ ਲੁੱਟਣ ਵਾਸਤੇ ਭਰਾ ਬਣਾਇਆ ਸੀ ਉਹਦੇ ਤੋਂ ਪੈਸੇ ਹੀ ਖੜਪਣੇ ਸੀ ਉਸ ਤੋਂ ਬਾਅਦ ਤੈਨੂੰ ਉਹਦੇ ਪਰਿਵਾਰ ਦੀ ਹਮਦਰਦੀ ਨਾ ਚੰਨੀ ਆਈ ਜੇ ਚਰਨਜੀਤ ਸਿੰਘ ਚੰਨੀ ਘਰੇ ਜਾਂਦਾ ਤਾਂ ਉਦੋਂ ਅਗਲੇ ਦਿਨ ਤੂੰ ਪਹੁੰਚ ਜਾਂਦਾ ਸਵੇਰੇ ਕਿ ਕਿਤੇ ਮੇਰੀ ਗੱਲ ਤਾਂ ਨਹੀਂ ਕਰਤੀ ਕਿਤੇ ਮੇਰੇ ਰਾਹ ਤਾ ਨਹੀਂ ਖੋਲਤੇ ਸੋ ਜਿਹੜੀ ਗੱਲ ਤੇ ਤੈਨੂੰ ਕੰਮ ਕਰਨਾ ਚਾਹੀਦਾ ਉਹ ਤੇ ਕੰਮ ਕਰਦਾ ਨਹੀਂ ਤੁਰੇ ਫਿਰਦਾ ਕਿਸੇ ਹੋਰ ਪਾਸੇ ਨੂੰ ਤੰਦ ਨਾ ਤਾਣੀ ਜਲਾਹੇ ਨਾ ਡਾਂਗੋ ਡਾਂਗੀ ਰੌਲਾ ਇਹਨਾਂ ਨਾਲ ਤਾਂ ਹੈ ਹੀ ਨਹੀਂ ਤੇਰਾ ਰੌਲਾ ਸਰਕਾਰ ਨਾਲ ਪ੍ਰਧਾਨਗੀਆਂ ਮਿਲੀਆਂ ਲੋਕਾਂ ਦੀ ਆਵਾਜ਼ ਚੱਕਣ ਨੂੰ ਲੋਕਾਂ ਨੂੰ ਹੱਕ ਦਵਾਉਣ ਲਈ ਸਰਕਾਰ ਦੇ ਗਲ ਚ ਗੂਠਾ ਦੇਣ ਲਈ ਕਿ ਸਰਕਾਰ ਮੂਰੇ ਕੋਡੇ ਹੋਣ ਲਈ ਪ੍ਰਧਾਨਗੀ ਮਿਲੀ ਆ ਸੋ ਇਹ ਗੱਲਾਂ ਧਿਆਨ ਮੰਗਦਿਆਂ ਨੇ ਸਰ ਸਾਹਿਬ ਤੁਸੀਂ ਬੜਾ ਸਿੱਖ ਮੁੱਦਿਆਂ ਨੂੰ ਬਹੁਤ ਕਰੀਬੀਓਂ ਦੇਖਦੇ ਹੋ ਜਾਣਦੇ ਹੋ ਆਪ ਤੁਸੀਂ ਬਹੁਤ ਸਿੱਖੀ ਦੇ ਨਾਲ ਜੁੜੇ ਹੋਏ ਹੋ ਅਜਨਾਲੇ ਵਾਲੀ ਘਟਨਾ ਤੁਸੀਂ ਜਸਟੀਫਾਈ ਕਰਦੇ ਹੋ ਕਿਵੇਂ ਦੇਖਦੇ ਹੋ ਅਜਨਾਲੇ ਵਾਲੀ ਘਟਨਾ ਨੂੰ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਲੈ ਕੇ ਜਾਣਾ ਠੀਕ ਸੀ ਤੁਹਾਡੇ ਹਿਸਾਬ ਨਾਲ ਦੇਖੋ ਤੁਸੀਂ ਘਰੋਂ ਨਿਕਲਦੇ ਹੋ ਸਵੇਰੇ ਮੈਂ ਵੀ ਤੁਰਦਾ ਮੈਂ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਤੁਰਦਾ ਘਰ ਠੀਕ ਹੈ ਮੇਰੀ ਮਾਂ ਮੇਰਾ ਰੱਬ ਹੈ ਤੁਸੀਂ ਵੀ ਆਪਣੀ ਮਾਂ ਦੇ ਗੋਡੇ ਹੱਥ ਲਾਉਂਦੇ ਹੋਗੇ ਓਟਾਸਰ ਲੈ ਕੇ ਚੱਲਦੇ ਆ ਨਾ ਤੇ ਫਿਰ ਅਸੀਂ ਗੁਰਬਾਣੀ ਪੜ੍ਹ ਪੰਜਵੇਂ ਪਾਸ਼ਾ ਸਮਝਾਉਂਦੇ ਆ ਸਾਨੂੰ ਤਨਾਸਰੀ ਰਾਗ ਦੇ ਵਿੱਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤੁਮ ਤੋਂ ਬਾਅਦ ਆਉਂਦਾ ਦਾਤੇ ਦਾਤਾ ਮਤਲਬ ਦਾਤਾਂ ਦੇਣ ਵਾਲਾ ਠਾਕੁਰ ਮਤਲਬ ਮੇਰਾ ਮਾਲਕ ਤੁਮ ਦਾਤੇ ਠਾਕੁਰ ਪ੍ਰਤਪਾਲਕ ਮਤਲਬ ਸਾਡੀ ਪਲ-ਪਲ ਪਾਲਣਾ ਕਰਨ ਵਾਲਾ ਨਾਇਕ ਅਗਵਾਈ ਦੇਣ ਵਾਲਾ ਸਾਡੀ ਅਗਵਾਈ ਕਰਨ ਵਾਲਾ ਖਸਮ ਸਾਡਾ ਮਾਲਕ ਖਸਮ ਪ੍ਰਭੂ ਜਦੋਂ ਨਾਇਕ ਦੀ ਗੱਲ ਆ ਗਈ ਹੈ ਨਾਇਕ ਅਗਵਾਈ ਕਰਦੇ ਹੁੰਦੇ ਆ ਤੇ ਨਾਇਕ ਸਾਡਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ ਜੇ ਅਸੀਂ ਕਹਿੰਨੇ ਆ ਨਾ ਬਹੁਤ ਸਾਰੇ ਲੋਕ ਮੈਂ ਵੀ ਕਈ ਵਾਰ ਸਵਾਲ ਮੇਰੇ ਵੀ ਮਨ 'ਚ ਕਦੇ ਆ ਜਾਂਦਾ ਕਿ ਯਾਰ ਸਾਡੇ ਕੋਲੇ ਕੌਮ ਕੋਲੇ ਆਗੂ ਕਿਉਂ ਨਹੀਂ ਹੈਗੇ ਚੰਗੇ ਇਕੱਠੇ ਕਿਉਂ ਨਹੀਂ ਤੁਰਦੇ ਤਾਂ ਉੱਥੇ ਫਿਰ ਇਹ ਗੱਲ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਕੋਲੇ ਇੰਨੀ ਵਧੀਆ ਗਵਾਈ ਦੇਣ ਵਾਲੇ ਨੇ ਕਿਸਾਨ ਅੰਦੋਲਨ ਦੇਖਿਆ ਤੁਸੀਂ ਗਏ ਆ ਕਵਰ ਕੀਤਾ ਨਾ ਪਲ-ਪਲ ਕਵਰ ਕੀਤਾ ਸਭ ਤੋਂ ਮੂਰੇ ਕੀ ਸੀ ਉੱਥੇ ਸਭ ਤੋਂ ਮੂਰੇ ਜਿੱਥੇ ਬੈਰੀਕੇਡ ਲੱਗੇ ਸੀ ਨਹਿنگ ਸਿੰਘਾਂ ਦੀ ਛੌਣੀ ਸੀ ਪਰ ਉਹ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਲੈ ਕੇ ਗਏ ਨੇ ਬਾਅਦ ਚ ਲੈ ਕੇ ਗਏ ਐ ਇਦਾਂ ਨਹੀਂ ਜਦੋਂ ਬੈਰੀਕੇਡ ਤੋੜੇ ਸੀਗੀ ਉਦੋਂ ਲੈ ਕੇ ਜਾਣ ਸੀ ਨਾ 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 ਯਾਰ ਤਾਂ ਦੇਖੋ ਤਸਵੀਰਾਂ ਤੁਹਾਡੇ ਸਾਹਮਣੇ ਆ ਨਾ ਮੈਂ ਤੁਹਾਨੂੰ ਉਹੀ ਤਾਂ ਦੱਸ ਰਿਹਾ ਤਾਂ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਸੀ ਅੰਦੋਲਨ ਦੇ ਮੂਰੇ ਔਰ ਜਿੱਤ ਵੀ ਅਸੀਂ ਤਾਂ ਹੀ ਹਾਸਲ ਕੀਤੀ ਹੈ ਇਹ ਗੱਲ ਮੰਨਣੀ ਪਊਗੀ ਸਭ ਤੋਂ ਮੂਰੇ ਸੀ ਕਿਉਂ ਨਹੀਂ ਬੋਲਿਆ ਕੋਈ ਅੱਜ ਤੱਕ ਵੀ ਇੱਥੇ ਕਾਹਤੋਂ ਗੁਰੂ ਸਾਹਿਬ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਤਾਂ ਗੁਰੂ ਗੁਰਬਾਣੀ ਸਾਨੂੰ ਪਲ-ਪਲ ਤਰੀਕੇ ਨਾਲ ਸਮਝਾਉਂਦੀ ਹੈ ਜਿਹਜਾ ਦੇਖੋ ਤੈ ਹਜੂਰ ਦੂਰਕਤੋਂ ਨਾ ਜਾਈਂ ਸਵਾਲ ਇਹ ਵੀ ਖੜਾ ਹੋ ਰਿਹਾ ਕਹਿੰਦੇ ਇਹ ਕਿਹੜਾ ਕੌਮ ਦਾ ਮੁੱਦਾ ਸੀ ਕਹਿੰਦੇ ਤਾਂ ਪਰਸਨਲ ਮੁੱਦਾ ਸੀਗਾ ਤੁਹਾਡਾ ਸਾਥੀ ਸੀਗਾ ਕਹਿੰਦੇ ਉਹਨੂੰ ਗ੍ਰਿਫਤਾਰ ਕਰ ਲਿਆ ਕਹਿੰਦੇ ਉਸ ਕਰਕੇ ਤੁਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲਗੇ ਕਹਿੰਦੇ ਕੌਮ ਦਾ ਮੁੱਦਾ ਹੁੰਦਾ ਫਿਰ ਵੀ ਕਹਿੰਦੇ ਜਸਟੀਫਾਈ ਕਰ ਦਿੰਦੇ ਹਾਂ ਠੀਕ ਹੈ ਤੁਸੀਂ ਇਹ ਸਵਾਲ ਚੱਕਣ ਵਾਲੇ ਲੋਕਾਂ ਤੇ ਤਾਂ ਸਵਾਲ ਆ ਇਹ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਕਿ ਆਹ ਫਲਾਣਾ ਬੰਦਾ ਕਿ ਉਹਨਾਂ ਬੰਦਿਆਂ ਦਾ ਵजूद ਤੇ ਹਸਤੀ ਕੀ ਆ ਉਹਨਾਂ ਬੰਦਿਆਂ ਦੀ ਦੇਣ ਤਾਂ ਦੱਸ ਦੋ ਸਵਾਲ ਉਹ ਬੰਦਾ ਚੱਕਦਾ ਹਰ ਵੇਲਾ ਬੰਦਾ ਉੱਠ ਕੇ ਸਵਾਲ ਖੜਾ ਕਰ ਦਿੰਦਾ ਯਾਰ ਹਰ ਇੱਕ ਬੰਦਾ ਫੇਸਬੁੱਕ ਤੇ ਬੈਠਾ ਸਵਾਲ ਖੜਾ ਕਰ ਦਿੰਦਾ ਕਿਹਦੇ ਲਈ ਸਵਾਲ ਚੱਕਦੇ ਆ ਜਿਹੜਾ ਬੰਦਾ ਸਾਡੀ ਜਵਾਨੀ ਨੂੰ ਬਚਾਉਣ ਲੱਗਿਆ ਹੋਇਆ ਯਾਰ ਜੇ ਜਵਾਨੀ ਬਚੂਗੀ ਤਾਂ ਪੰਜਾਬ ਬਚੂਗਾ ਨਾ ਗੱਲਾਂ ਤਾਂ ਪੰਜਾਬ ਬਚਾਉਣ ਦੀਆਂ ਮੁੱਖ ਮੰਤਰੀ ਵੀ ਕਰਦਾ ਕਿ ਅਸੀਂ ਬਚਾਵਾਂਗੇ ਪੰਜਾਬ ਨੂੰ ਕਾਰਗੁਜ਼ਾਰੀ ਤਾਂ ਆਪਾਂ ਦੇਖ ਹੀ ਚੁੱਕੇ ਆਂ ਸਾਲ 'ਚ ਕੀ ਆ ਉਹਦੀ ਪਰ ਇੱਕ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਦੀ ਬਾਹ ਫੜ ਕੇ ਲੈ ਜਾਂਦਾ ਜਦੋਂ ਉਹ ਤੋਂ ਸਵਾਲ ਪੁੱਛਦੇ ਆ ਹੁਣ ਜੇ ਬੰਦੀ ਸਿੰਘਾ ਦਾ ਸਵਾਲ ਪੁੱਛਣਾ ਸੀ ਭਗਵੰਤ ਮਾਨ ਦੀ ਬਾਹ ਫੜ ਕੇ ਲੈ ਗਿਆ ਕੇਜਰੀਵਾਲ ਤੁਹਾਡ ਤੁਸੀਂ ਸਵਾਲ ਚੱਕਣ ਵਾਲੀਆਂ ਵਿਰੋਧੀਆਂ ਤੇ ਹਜੇ ਵੀ ਤੁਸੀਂ ਵਿਰੋਧੀ ਧਿਰ ਚ ਬੈਠੇ ਸਮਝਦੇ ਆ ਆਪਣੇ ਆਪ ਨੂੰ ਸੋ ਇਹ ਸਵਾਲ ਜਿਹੜੇ ਨਿਰ ਆਧਾਰ ਸਵਾਲ ਨੇ ਗੁਰੂ ਸਾਹਿਬ ਤਾਂ ਸਮਝਾਉਂਦੇ ਅਜਹ ਜੈ ਪੇਖੋ ਤੈ ਹਜੂਰ ਦੂਰ ਕਿਤੋਂ ਨਾ ਜਾਈ ਜਿੱਥੇ ਵੇਖੋਗੇ ਰੱਬ ਹੈ ਸਰਬੱਤਰ ਵਿੱਚ ਮਰ ਸਦਾ ਤੇ ਉਹ ਤਾਂ ਸਾਰੇ ਰਮਿਆ ਹੋਇਆ ਹੈ ਸਭ ਜਗ੍ਹਾ ਤੇ ਰਮਿਆ ਹੋਇਆ ਤੁਸੀਂ ਸਾਰੇ ਇਕੱਠੇ ਹੋਵੋ ਸਰ ਪਾਰਟੀ ਮੀਟਿੰਗ ਬੁਲਾਓ ਕਰੋ ਗੱਲ ਗੁਰੂ ਸਾਹਿਬ ਦੀ ਬੇਅਦਬੀ ਦੀ ਵੀ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ ਆਪਾਂ ਇਨਸਾਫ ਲਈ ਕਿਉਂ ਨਹੀਂ ਬੋਲਦੇ ਇਸ ਗੱਲ ਤੇ ਇਸ ਗੱਲ ਤੇ ਤਾਂ ਮੂੰਹ ਬੰਦ ਹੋ ਜਾਂਦੇ ਤੁਹਾਡੇ ਕਿਉਂ ਕਿਉਂਕਿ ਤੁਹਾਡੇ ਆਪਣੇ ਕੇਸ ਖੁੱਲ ਜਾਣਗੇ ਤੁਸੀਂ ਆਪਣਾ ਜਿਹੜਾ 2 ਨੰਬਰ ਦਾ ਪੈਸਾ ਕਮਾਇਆ ਹੋਇਆ ਫਿਰ ਉਹ ਨਿਕਲਣ ਦੀ ਵਾਰੀ ਆ ਜਾਊਗੀ ਤੁਹਾਡਾ ਆਪ ਦਾ ਵजूद ਖਤਰੇ 'ਚ ਪੈ ਜਾਊ ਇੱਕ ਗੱਲ ਹੋਣੀ ਚਾਹੀਦੀ ਸਿਰਫ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਹੋਰ ਗੱਲ ਹੋਣੀ ਨਹੀਂ ਚਾਹੀਦੀ ਆ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਘੇਰੋ ਇਹਨਾਂ ਨੂੰ ਇੱਥੇ ਲਵਾ ਗੋਡਣੀ ਭਾਈ ਤੂੰ ਕਾਂਗਰਸ ਦਾ ਪ੍ਰਧਾਨ ਐ ਐਮ ਐਲ ਏ ਵੀ ਆ ਉੱਥੇ ਤੂੰ ਤੇ ਲਵਾ ਗੋਡਣੀ ਕਵਾਚੀ ਕਿੰਨਾ ਦੀ ਵਿਰੋਧੀ ਧਿਰ ਚ ਤਾਂ ਬਹੁਤ ਕੁਝ ਹੁੰਦਾ ਲੋਕਾਂ ਨੂੰ ਕਰਨ ਨੂੰ ਸਰਵ ਕਰਨ ਨੂੰ ਤੁਹਾਨੂੰ ਉੱਖਾ ਲੱਗਦਾ ਤੁਸੀਂ ਆਪ ਦੀ ਸਰਕਾਰ ਚ ਨਹੀਂ ਬੋਲੇ ਕੈਪਟਨ ਮਨਿੰਦਰ ਸਿੰਘ ਤੋਂ ਮਲਾਈਆਂ ਖਾਈਗੇ ਗੋਡੇ ਨਾਲ ਗੋਡਾ ਲਾ ਕੇ ਬੈਠੇ ਰਹੇ ਸਾਰੇ ਕਾਂਗਰਸੀ ਤੇ ਉਦੋਂ ਕਿਉਂ ਨਹੀਂ ਬੋਲੇ ਗੁਰੂ ਸਾਹਿਬ ਦੀ ਬੇਅਦਬੀ ਵੇਲੇ ਕਿਉਂ ਨਹੀਂ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਅੱਜ ਤਾਂ ਵਿਰੋਧੀ ਧਿਰ ਚ ਅੱਜ ਤਾਂ ਕਰ ਲੋ ਆਪ ਦੀ ਸਰਕਾਰ ਮੇਰੇ ਤਾਂ ਸੱਤਾ ਦੀ ਕੁਰਸੀ ਖਸਰ ਦਾ ਡਰ ਸੀ ਅੱਜ ਕਿਉਂ ਨਹੀਂ ਕਰਦੇ ਹੁਣ ਜਥੇਦਾਰ ਸਾਹਿਬ ਨੇ ਕਮੇਟੀ ਬਣਾਤੀ ਹੈ 15 ਮੈਂਬਰ ਦੀ ਹੁਣ ਕਮੇਟੀ ਬਣਾਤੀ ਹੈ ਜਦੋਂ ਬੇਅਦਬੀ ਹੋਈ ਹੈ 2015 ਚ ਬਾਦਲਾਖਿਲਫ ਅਮਰਤਪਾਲ ਸਿੰਘ ਖਿਲਾਫ ਬਣਾਤੀ ਹੈ ਨਾ ਅਮਰਤਪਾਲ ਸਿੰਘ ਦਾ ਯੋਗਦਾਨ ਤੇ ਦੇਖ ਲਓ ਨਾ ਕੀ ਕਰ ਰਿਹਾ ਤੋਨੇ ਪੱਖ ਦੇਖੋ ਨਾ ਤੁਸੀਂ ਤੁਸੀਂ ਜੇ ਅਸੀਂ ਕਹਿੰਨੇ ਤੁਸੀਂ ਆਪ ਦੇ ਕੋਲੋਂ ਇਹ ਸਵਾਲ ਮੂੰਹ ਕਿਹਾ ਕਿ ਜਦੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਬਾਦ ਚੋਂਦੀ ਹੈ ਉਹ ਸ਼ਾਤਮੇ ਜਾ ਰਿਹਾ ਥਾਣੇ ਜਾਂਦੇ ਆ ਅਗਲੇ ਨੇ ਦਲੇਰੀ ਦਿਖਾਈ ਆ ਯਾਰ ਆਪ ਦਾ ਸਾਥੀ ਛਡਾ ਲਿਆ ਤੁਸੀਂ ਕਹਿੰਨੇ ਕੌਮੀ ਮਸਲਾ ਨਹੀਂ ਤੇ ਹੁਣ ਕੱਲੇ-ਕੱਲੇ ਨੌਜਵਾਨ ਨੂੰ ਨਿਸ਼ਾਨਾ ਬਣ ਦੇ ਦੀਏ ਫਿਰ ਪ੍ਰਸ਼ਾਸਨ ਨੇ ਬੰਦਾ ਛੱਡਿਆ ਕਿਉਂ ਜੇ ਸੱਚੇ ਸੀ ਪ੍ਰਸ਼ਾਸਨ ਨੂੰ ਜੇ ਪਰਚਾ ਸੱਚਾ ਸੀ ਝੂਠਾ ਨਹੀਂ ਸੀ ਤੇ ਫਿਰ ਛੱਡਿਆ ਕਿਉਂ? ਪ੍ਰਸ਼ਾਸਨ ਕਹਿੰਦਾ ਕਿ ਅਸੀਂ ਚਾਹੁੰਦੇ ਰਹੀ ਸੀ ਕਿ ਬਰਗਾੜੀ ਵਾਲਾ ਫੇਰ ਇਨਸੀਡੈਂਟ ਹੋਵੇ ਦਾ ਵਾਪਰ ਜੇ ਇਸ ਕਰਕੇ ਕਹਿੰਦੇ ਕਿ ਅਸੀਂ ਉਹ ਚੀਜ਼ਾਂ ਨੂੰ ਸੈਟਲਮੈਂਟ ਕਰਾਂ। ਪ੍ਰਸ਼ਾਸਨ ਨਹੀਂ ਚਾਹੁੰਦਾ ਬਾਹ ਬਾਈ ਬਾ। ਤੇ ਇਹਦਾ ਮਤਲਬ ਪ੍ਰਸ਼ਾਸਨ ਨੇ ਉਹਦੋਂ ਚਾਹਿਆ ਸੀਗਾ ਬਰਗਾੜੀ ਹੋਵੇ। ਇਹਦਾ ਮਤਲਬ ਪ੍ਰਸ਼ਾਸਨ ਨੇ ਬਹਿਬਲ ਕਲਾ ਚਾਹਿਆ ਸੀ। ਚਾਹ ਕੇ ਕੀਤਾ ਉਹ ਮਿੱਥਕੇ ਕੀਤਾ ਗਿਆ। ਬਾਦਲਾ ਨੇ ਮਿੱਥਕੇ ਕਰਾਇਆ, ਸੈੜੀ ਤੋਂ ਮਿੱਥਕੇ ਕਰਵਾਇਆ ਗਿਆ ਤਾਂ ਮਤਲਬ ਵੀ ਹੁਣ ਪ੍ਰਸ਼ਾਸਨ ਚ ਉਹਨਾਂ ਨੇ ਸੋ ਉਹਦੋਂ ਪ੍ਰਸ਼ਾਸਨ ਚਾਹੁੰਦਾ ਸੀ ਵੀ ਸਿੱਖ ਮਾਰ ਗਈ। ਸਿੱਖਾਂ ਦੇ ਰਾਜ ਦੇ ਵਿੱਚ ਸਿੱਖ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਜਿਹੜਾ ਪੰਥਕ ਖਵਾਉਂਦਾ ਆਪਣੇ ਆਪ ਨੂੰ ਫਕਰੇ ਕੌਮ ਆਪੂ ਬਣਿਆ ਤਾਂ ਉਹਦੇ ਰਾਜ ਦੇ ਵਿੱਚੇ ਚਾਹਿਆ ਗਿਆ ਸੀ ਫਿਰ ਕਿ ਸਿੱਖਾਂ ਨੂੰ ਮਾਰਿਆ ਜਾਵੇ ਤੈਨੂੰ ਸਭ ਕੁਝ ਖਾਇਆ ਜਾਵੇ ਇਹ ਜਿਹੜੀ ਹੁਣ ਮੰਗ ਉੱਠ ਰਹੀ ਹੈ ਕਿ ਐਫਆਈਆਰ ਉਸ ਕਲੈਸ਼ ਦੀ ਕੀਤੀ ਜਾਵੇ ਜੋ ਉੱਥੇ ਘਟਨਾ ਵਾਪਰਦੀ ਹੈ ਕਹਿੰਦੇ ਜਿਹੜੇ ਕਿ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਐਸਪੀ ਜਗਰਾਤ ਸਿੰਘ ਜ਼ਖਮੀ ਹੋ ਗਿਆ ਤਾਂ ਕਹਿੰਦੇ ਕਿ ਉਸ ਦਾ ਬਦਲਾ ਲਿੱਤਾ ਜਾਵੇ ਐਫਆਈਆਰ ਦਰਜ ਹੋਵੇ ਔਰ ਆਮ ਆਦਮੀ ਪਾਰਟੀ ਦੇ ਕਈ ਲੀਡਰ ਸੰਕੇਤ ਵੀ ਦੇ ਚੁੱਕੇ ਨੇ ਕਹਿੰਦੇ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਹੀ ਕਾਰਵਾਈ ਹੋਊਗੀ ਆ ਆਮ ਆਦਮੀ ਪਾਰਟੀ ਜਿਹੜਾ ਸੰਦੀਪ ਨੰਗਲ ਅੰਬੀਆਂ ਦੇ ਛੋਟੇ ਛੋਟੇ ਬੱਚੇ ਰੁੱਦਿਆਂ ਦੇ ਰੋਣੇ ਦੇਖਣ ਉਹਨਾਂ ਨੇ ਫੜਨ ਦੀ ਕੋਸ਼ਿਸ਼ ਕਰਨ ਜਿਉਂ ਉਹਨਾਂ ਦੇ ਮਨ ਦੇ ਵਿੱਚ ਇੰਨਾ ਪੰਜਾਬ ਪ੍ਰਤੀ ਦਰਦ ਆ ਜੋ ਤੁਹਾਡੇ ਤੋਂ ਲਾ ਐਂਡ ਆਰਡਰ ਆ ਕੱਲ ਇੱਕ ਬੀਬੀ ਇਹਨਾਂ ਦੀ ਐਮ ਐਲ ਏ ਕਹਿ ਰਹੇ ਸੀ ਜੀ ਉਹ ਲਾ ਐਂਡ ਆਰਡਰ ਉਹਨਾਂ ਦਾ ਵਿਗਾੜਿਆ ਹੋਇਆ ਹੁਣ ਤੁਸੀਂ ਸੱਤਾ 'ਚ ਹੋ ਯਾਰ ਤੁਹਾਡੇ ਹੱਥ 'ਚ ਆ ਸਾਰਾ ਕੁਝ ਕਹਿੰਦੇ ਹੁੰਦੇ ਨਾ ਵੀ ਮੁੱਖ ਮੰਤਰੀ ਕਹਿੰਦਾ ਭਗਵਾਨ ਤਮਨ ਕਹਿੰਦਾ ਹੁੰਦਾ ਸੀ ਕਿ ਮੁੱਖ ਮੰਤਰੀ ਨੂੰ ਸੜਕ ਤੇ ਕੀੜੀ ਤੁਰੀ ਜਾਂਦੀ ਦਿਂਦੀ ਆ ਵੀ ਬਾਦਲ ਨੂੰ ਕਿਉਂ ਨਹੀਂ ਦਿਸਦੀ ਉਹ ਤੈਨੂੰ ਕਿਉਂ ਨਹੀਂ ਦਿਸਦੀ ਤੈਨੂੰ ਕੀੜੀ ਛੱਡ ਤੈਨੂੰ ਉਹ ਮਾਵਾ ਦੇ ਪੁੱਤ ਖੋ ਕੇ ਲੈ ਗਏ ਜਿਹੜੇ ਕਾਤਲ ਤੈਨੂੰ ਕਿਉਂ ਨਹੀਂ ਨਜ਼ਰ ਆ ਰਹੇ ਤੇ ਉਹ ਉਸ ਮਾਂ ਦਾ ਸਰਾਪ ਜਿਹੜੀ ਰੋਜ਼ ਰੋ ਕੇ ਰਲਾ ਕੇ ਸੌਂਦੀ ਹੂ ਰਾਤ ਨੂੰ ਉਹਦਾ ਉਹਦੀਆਂ ਹਾਵਾਂ ਉਹਦੀਆਂ ਬਦਮਾਵਾਂ ਕਰਕੇ ਜੇਲ੍ਹਾਂ 'ਚ ਕਤਲ ਹੋਣ ਲੱਗ ਗਏ ਨਾ ਹੁਣ ਜੇਲ੍ਹ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਕਿਹਨੇ ਕਾਬੂ ਕਰਨੀ ਆ ਉਥੋਂ ਨੂੰ ਨਜ਼ਰ ਨਹੀਂ ਆਉਂਦਾ ਉੱਥੇ ਕੌਣ ਜਵਾਬ ਦੇਊਗਾ ਦੱਸ ਉਹਦਾ ਜਵਾਬ ਦੇ ਮੁੱਖ ਮੰਤਰੀ ਆ ਜਾਂ ਜੇਲ੍ਹ ਮੰਤਰੀ ਆ ਜੇਲ੍ਹ ਦੇ ਵਿੱਚ ਕਤਲ ਹੋ ਰਿਹਾ ਹਥਿਆਰ ਕਿੱਥੋਂ ਆਉਂਦੇ ਆ ਕਿੱਥੋਂ ਫੋਨ ਆਉਂਦੇ ਆ ਦੂਜੀਆਂ ਵੇਲੇ ਤਾਂ ਬੜੇ ਸਵਾਲ ਚੱਕਦੇ ਸੀ ਉੱਥੇ ਤਾਂ ਬੋਲਦੇ ਨਹੀਂ ਲਾਅ ਐਂਡ ਆਰਡਰ ਦੀ ਉੱਥੇ ਨਹੀਂ ਸਥਿਤੀ ਖਰਾਬ ਹੋ ਰਹੀ ਜਿੱਥੇ ਸਕਿਉਰਿਟੀ ਲੱਗੀ ਹੋਈ ਆ ਤੇ ਜੇ ਕੋਈ ਆਪਦੇ ਹੱਕ ਲਈ ਲੜ ਰਿਹਾ ਆ ਆਪਦੇ ਗੁਰਪ੍ਰਾਈ ਲਈ ਲੜ ਰਿਹਾ ਆ ਆਪਦੇ ਗੁਰਪ੍ਰਾਈ ਤੇ ਨਜਾਇਜ਼ ਪਰਚਾ ਦਰਜ ਹੋਇਆ ਉਹਨੂੰ ਛਡਾਉਣ ਲਈ ਲੜ ਰਿਹਾ ਸੰਘਰਸ਼ ਕਰ ਰਿਹਾ ਤੇ ਸ਼ਾਂਤਮਈ ਜਾ ਕੇ ਬੈਠਾ ਵੀ ਲਾਓ ਹੱਥ ਘੜੀਆਂ ਜਾਂ ਮਾਰੋ ਮੇਰੇ ਗੋਲੀ ਤਾਂ ਤੁਸੀਂ ਉੱਥੇ ਤਾਂ ਲਾਅ ਐਂਡ ਆਰਡਰ ਦੀ ਜਿਨ੍ਹਾਂ ਦੇ ਵਿੱਚ ਤੁਹਾਡੇ ਅੰਡਰ ਕਾਬੂ ਚ ਸਾਰਾ ਕੁਝ ਤੁਹਾਡੇ ਕੋਲੇ ਇਕੱਲੀ ਇਕੱਲੀ ਚੀਜ਼ ਨਜ਼ਰ ਆਉਂਦੀ ਇਹ ਤਾਂ ਮਤ ਤੁਸੀਂ ਜਾਣ ਬੁੱਝ ਕੇ ਕਰਾ ਰਹੇ ਹੋ ਕ੍ਰਾਈਮ ਜਾਣ ਬੁੱਝ ਕੇ ਪੰਜਾਬ ਦੀ ਜਵਾਨੀ ਨੂੰ ਇੱਕ ਦੂਜੇ ਨਾਲ ਲੜਾ ਖਤਮ ਕਰਨੀ ਚਾਹੁੰਦੇ ਹੋ ਰਵਨੀਤ ਬਿੱਟੂ ਦੇ ਕਮੈਂਟ ਨੂੰ ਕਿਵੇਂ ਵੇਖਦੇ ਹੋ ਕਿ ਇਨਕਾਊਂਟਰ ਹੋਣ ਨੂੰ 2 ਮਿੰਟ ਲੱਗਦੇ ਨੇ ਸਿੱਧੇ ਤੌਰ ਦੇ ਉੱਤੇ ਅਮਰਿਤਪਾਲ ਦੇ ਉੱਤੇ ਵੀ ਬਹੁਤ ਵਰਦੇ ਹੋਏ ਨਜ਼ਰ ਆਏ ਨਹੀਂ ਗਲਤ ਗੱਲ ਆ ਉਹਦੇ ਵਾਸਤੇ ਇਹੋ ਜਿਹੇ ਬਿਆਨ ਸੋਭਾ ਨਹੀਂ ਦਿੰਦੇ ਲੋਕਾਂ ਨੇ ਤੈਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਸਿਰਫ ਤੇ ਆਪਦੀ ਕੋਈ ਕਾਰਗੁਜ਼ਾਰੀ ਨਹੀਂ ਹਰ ਵਾਰ ਤੂੰ ਵੋਟਾਂ ਲੈਣਾ ਆਪਦੇ ਪੁਰ ਕੁਝ ਲੋਕਾਂ ਨੂੰ ਡਿਲੀਵਰ ਕਰਿਆ ਹੋ ਜਾਂ ਲੋਕਾਂ ਨੂੰ ਦੇ ਲੋਕਾਂ ਦਾ ਸਾਥ ਦੇ ਯਾਰ ਜਿੰਨਾ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਤਾਂ ਉਹਨਾਂ ਦੇ ਜਾ ਕੇ ਕਿਤੇ ਦੁੱਖ ਸੁੱਖ ਚ ਨਹੀਂ ਖੜਿਆ ਤੇਰੇ ਕੋਲੇ ਆ ਗੱਲਾਂ ਕਰਨ ਦਾ ਟਾਈਮ ਕਿੱਥੋਂ ਹੁੰਦਾ ਔਰ ਫਿਰ ਤੇਰੀ ਭਾਸ਼ਾ ਇਹੋ ਜੀ ਆ ਤਿੰਨ ਵਾਰ ਬਣੇ ਹੋਏ ਮੈਂਬਰ ਪਾਰਲੀਮੈਂਟ ਦੀ ਭਾਸ਼ਾ ਹੀ ਨਹੀਂ ਹੈਗੀ ਇਹ ਇਸ ਤੋਂ ਵਧੀਆ ਤਾਂ ਪਿੰਡ ਦਾ ਇੱਕ ਆਮ ਵਿਅਕਤੀ ਵਧੀਆ ਭਾਸ਼ਾ ਵਰਤ ਸਕਦਾ ਯਾਰ ਤੁਹਾਡੇ ਕੋਲੇ ਵਿਰੋਧ ਕਰਨ ਦੀ ਵੀ ਭਾਸ਼ਾ ਹੀ ਖਤਮ ਹੋ ਗਈ ਆ ਵਿਰੋਧ ਕਰਨ ਦੇ ਸ਼ਬਦ ਹੀ ਮੁੱਕ ਗਏ ਤੁਹਾਡੇ ਕੋਲੇ ਤੁਸੀਂ ਲੈਵਲ ਦੀ ਇੰਨਾ ਸਿੱਟ ਤਾਂ ਥੱਲੇ ਮੈਂਬਰ ਪਾਰਲੀਮੈਂਟ ਦਾ ਕਿ ਲੋਕ ਦੇਖ ਕੇ ਕਹਿਣਗੇ ਯਾਰ ਐਮਪੀ ਇਹੋ ਜੇ ਹੁੰਦੇ ਆ ਕੀ ਤੁਸੀਂ ਤੁਸੀਂ 15 ਸਾਲ ਹੋ ਗਏ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਬੈਠਿਆ ਨੂੰ ਤੁਸੀਂ ਇੱਕ ਮਸਲਾ ਤਾਂ ਦੱਸ ਦਿਓ ਜਿਹੜਾ ਪੰਜਾਬ ਦਾ ਹੱਲ ਕਰਵਾਤਾ ਇੱਕ ਮਸਲਾ ਦੱਸੋ ਧਿਆਨਤਦਾਰੀ ਦਿਖਾਓ ਯਾਰ ਤੁਸੀਂ ਬੰਦੀ ਸਿੰਘਾ ਦੀ ਗੱਲ ਕਰਦੇ ਹੋ ਧਿਆਨਤਦਾਰੀ ਦਿਖਾਓ ਤੁਸੀਂ ਇਹ ਦੇਖੋ ਜੇ ਬਿਲਕਿਸਬਾਨੋ ਦੇ ਕਾਤਲ ਛੱਡੇ ਜਾ ਸਕਦੇ ਜੇ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਤੁਸੀਂ ਕਿਉਂ ਨਹੀਂ ਬੋਲਦੇ ਉਹਨਾਂ ਲਈ ਕਿ ਉਹਨਾਂ ਦੇ ਮਾਪੇ ਨਹੀਂ ਉਹਨਾਂ ਦੀ ਮਾਵਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਕਹਿੰਦੇ ਅਸੀਂ ਛੱਡਣ ਨੂੰ ਤਿਆਰ ਹੈਗੇ ਆ ਅਸੀਂ ਇਹਨੂੰ ਤਿਆਰ ਹੈਗੇ ਆ ਕਹਿੰਦੇ ਪਰ ਉਹ ਜਿਹੜੇ ਜੇਲ੍ਹਾਂ 'ਚ ਬੈਠੇ ਹੋਏ ਨੇ ਬੰਦੀ ਸਿੰਘ ਉਹ ਇਹ ਫੈਸਲਾ ਕਰ ਲੈਣ ਉਹ ਇਹ ਇੱਕ ਵਾਰੀ ਆ ਕੇ ਔਨ ਰਿਕਾਰਡ ਬੋਲ ਦੇਣ ਕਿ ਅਸੀਂ ਬਾਹਰ ਆ ਕੇ ਕੋਈ ਵੀ ਇਹੋ ਜਿਹੀ ਖਾਲਿਸਤਾਨੀ ਮੂਵਮੈਂਟ ਨੂੰ ਵਧਾਵਾ ਨਹੀਂ ਦੇਵਾਂਗੇ ਕਹਿੰਦਾ ਕਿ ਇਹ ਮੇਰੀ ਸ਼ਰਤ ਹੈ ਯਾਰ ਤੂੰ ਕੌਣ ਆ ਸ਼ਰਤਾਂ ਰੱਖਣ ਵਾਲਾ ਫਿਰ ਉੱਥੇ ਗੱਲ ਆ ਗਈ ਨਾ ਤੇਰੀ ਸ਼ਰਤਾਂ ਤੂੰ ਆਲਾ ਨਾ ਆਲਾ ਤੇਰੀ ਸ਼ਰਤਾਂ ਤੂੰ ਇੱਕ ਮੈਂਬਰ ਪਾਰਲੀਮੈਂਟ ਆ 523 43 543 ਮੈਂਬਰ ਪਾਰਲੀਮੈਂਟ ਨੇ ਤੂੰ ਉਹਨਾਂ 'ਚ ਇੱਕ ਤੂੰ ਆ 543 ਇਹ ਫੈਸਲਾ ਸੁਣਾਉਣ ਵਾਲਾ ਤੈਨੂੰ ਕੀ ਨਧਕਾਰ ਦਿੰਦਾ ਹੈ ਫੈਸਲਾ ਸੁਣਾਉਣ ਦਾ ਬਾਈ ਯਾਰ ਤੁਸੀਂ ਤਾਂ ਨੁਕਸਾਨ ਕਰ ਰਹੇ ਹੋ ਪੰਜਾਬ ਦਾ ਤੁਸੀਂ ਲੋਕ ਪੰਜਾਬ ਦੀ ਲੜ ਨਹੀਂ ਰਹੇ ਤੁਹਾਨੂੰ ਪਤਾ ਹੀ ਨਹੀਂ ਪੰਜਾਬ ਚ ਕੀ ਚਾਹੁੰਦਾ ਹੈ ਪੰਜਾਬ ਕੀ ਮੰਗਦਾ ਹੈ ਤੁਹਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਜੇ ਪਤਾ ਇਹ ਤਾਂ ਗੂੰਗੇ ਬੋਲੇ ਬਣ ਕੇ ਬੈਠੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਵਾਂਗੇ ਵਾਹ ਬਾਈ ਵਾਹ ਤੁਸੀਂ ਖਰਾਬ ਕਰ ਰਹੇ ਹੋ ਤੁਸੀਂ ਕਹਿੰਦੇ ਹੋਣ ਨਹੀਂ ਦੇਵਾਂਗੇ ਇੱਕ ਬੰਦਾ ਅੰਮ੍ਰਿਤ ਸ਼ਕਾ ਰਿਹਾ ਹੈ ਇੱਕ ਬੰਦਾ ਜਵਾਨੀ ਨੂੰ ਨਸ਼ੇ ਤੋਂ ਬਚਾ ਰਿਹਾ ਤੁਸੀਂ ਦੱਸ ਦਿਓ ਕਿੰਨੇ ਕ ਬਚਾਏ ਆ ਜੀਠੇ ਕਹਿੰਦਾ 10 ਮਿੰਟ ਦੋ 10 ਮਿੰਟ ਚ ਕਹਿੰਦੇ ਬੰਦਾ ਬਣਾ ਦਾਂਗੇ ਅਸੀਂ ਹਾਂ ਮਜੀਠੀ ਵਰਗੇ ਨੇ ਬਣਾਏ ਹੋਣੇ ਅੱਗੇ ਕਈ ਬੰਦੇ 10 ਮਿੰਟ ਤੈਨੂੰ 10 ਸੈਕਿੰਡ ਨਹੀਂ ਲੱਗਣੇ ਕਿਸੇ ਨੂੰ ਬੰਦਾ ਬਣਾਉਣ ਨੂੰ ਸੋ ਇਹ ਭਾਸ਼ਾ ਸ਼ੋਭਾ ਨਹੀਂ ਦਿੰਦੀ ਇਨ੍ਹਾਂ ਸਿਆਸਦਾਨਾਂ ਨੂੰ ਉਹ ਵੀ ਸਾਡਾ ਭਰਾ ਏ ਜੇ ਸਾਡਾ ਇੱਕ ਭਰਾ ਕੋਈ ਚੰਗਾ ਕੰਮ ਕਰ ਰਿਹਾ ਉਹਨੂੰ ਕਰਨ ਦਿਓ ਜਦੋਂ ਮਾੜਾ ਕਰੂਗਾ ਤਾਂ ਸਾਰੇ ਲੜਾਂਗੇ ਉਹਦੇ ਨਾਲ ਸਾਰੇ ਘੂਰਾ ਕਾ ਉਹਨੂੰ ਵੀ ਭਾਈ ਤੂੰ ਸਾਡਾ ਭਾਈ ਸੀ ਤੇਰੇ ਨਾਲ ਸੀ ਪਰ ਆ ਇੱਥੇ ਤੋਂ ਗ ਜਿੱਥੇ ਗਲਤੀ ਕਰੂ ਰੋਕਾਂਗੇ ਯਾਰ ਉਹੀ ਤੁਸੀਂ ਬਿਨਾ ਗੱਲ ਤੋਂ ਭਾਜਪਾ ਦੀ ਬੋਲੀ ਬੋਲੀ ਜਾਓ ਸਾਰੇ ਭਾਜਪਾ ਤੁਹਾਨੂੰ ਲਿਖ ਲਿਖ ਦਿੰਦੀ ਐ ਸਕ੍ਰਿਪਟਾਂ ਤਿੰਨਾ ਚਾਰ ਇਹ ਤਿੰਨੇ ਚਾਰੇ ਭਾਜਪਾ ਦੇ ਹੱਥ ਟੋਕੇ ਆ ਤਾਂ ਮਜੀਠੀਆ ਦੀ ਜਮਾਤ ਉਹੀ ਹੋਗੀ ਕਿਤੇ ਐਵੇਂ ਬਾਹਰ ਆ ਗਿਆ ਉਸ ਦਿਬਾ ਸੁਖਵੀਰ ਬਾਦਲ ਨੂੰ ਕਿਉਂ ਨਹੀਂ ਮਿਲਿਆ ਅਲੱਗ ਕਾਹਤ ਤੁਰੇ ਫਿਰਦਾ ਹੈ ਕੀ ਮਤਲਬ ਆ ਬੋਨੀ ਜੀ ਨਾਲ ਆ ਬੋਲ ਰਿਹਾ ਸੀ ਥੋੜੇ ਦਿਨ ਪਹਿਲਾਂ ਤੁਸੀਂ ਸੁਣਿਆ ਹੋਣਾ ਬੋਨੀ ਜੀ ਨਾਲੇ ਦੀ ਸਟੇਟਮੈਂਟ ਕਿ ਉਹ ਲੋਕ ਨੇ ਜਿਹੜੇ ਆਪਣਿਆਂ ਨੂੰ ਦੱਬਦੇ ਰਹੇ ਨੇ ਤੁਸੀਂ ਆਪ ਦੇ ਬੰਦਿਆਂ ਨੂੰ ਦੱਬਦੇ ਰਹੇ ਹੋ ਤੁਸੀਂ ਆਪਦੇ ਬੰਦੇ ਨੂੰ ਪਾਰਟੀਆਂ ਚੋਂ ਕੱਢਦੇ ਤੇ ਕਢਾਉਂਦੇ ਰਹੇ ਹੋ ਤੇ ਇੱਕ ਬੰਦਾ ਆਪਦੇ ਬੰਦਿਆਂ ਨਾਲ ਖਰਦਾ ਹੈ ਤੇ ਤੁਹਾਨੂੰ ਕਿੱਥੋਂ ਪਸੰਦ ਆਉਣਾ ਉਹ ਸੋ ਪੰਜਾਬ ਦੀ ਤਸਵੀਰ ਆ ਪੰਜਾਬ ਦੇ ਲੋਕ ਦਬੰਗ ਬੰਦਿਆਂ ਨੂੰ ਪਸੰਦ ਕਰਦੇ ਆ ਇਹਨਾਂ ਚੋਰਾਂ ਠੱਗਾਂ ਨੂੰ ਇਹਨਾਂ ਡਰਪੋਕਾਂ ਨੂੰ ਪਸੰਦ ਨਹੀਂ ਕਰਦੇ 5599 ਤੁਹਾਡੇ ਨਾਲ ਚੱਲਦਾ ਨਿਕਲੋ ਇਕੱਲੇ ਬਾਹਰ ਸੜਕਾਂ ਤੇ ਤੁਸੀਂ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ ਤੁਸੀਂ ਜ਼ਿੰਦਗੀ ਚ ਗਲਤੀ ਨਹੀਂ ਕੀਤੀ ਬਿੱਟੂ ਜਨਮ ਇਹਨਾਂ ਦੇ ਉੱਤੇ ਵੀ ਸਵਾਲ ਖੜੇ ਕਰਦੇ ਨੇ ਹਾਲਾਂਕਿ ਬਿੱਟੂ ਕੋਲ ਆਪ ਭਾਵੇਂ Z+ ਸਿਕਿਉਰਟੀ ਹੈਗੀ ਹੈ ਪਰ ਕਹਿੰਦੇ ਅਮਰਿਤਪਾਲ ਸਿੰਘ ਨਾਲ ਗੁੰਡੇ ਨੇ ਕਹਿੰਦੇ ਉਹ ਨਸ਼ਾ ਕਰਦੇ ਨੇ ਅਮਰਿਤਪਾਲ ਨਸ਼ਾ ਨੋਂ ਦਿੰਦਾ ਕਹਿੰਦੇ ਸਾਰਾ ਦਿਨ ਨਸ਼ੇ ਦੇ ਵਿੱਚ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਰਦਾ ਫਿਰਦਾ ਰਹਿੰਦਾ ਔਰ ਕਹਿੰਦੇ ਕਿ ਕਾਲਤਖ ਸਾਹਿਬ ਵੀ ਕਹਿੰਦੇ ਇਥੇ ਹਰਾਂ ਦੇ ਨਾਲ ਚਲਾ ਜਾਂਦਾ ਰਵਨੀਤ ਬਿੱਟੂ ਦੇ ਮੈਂ ਅਸੀਂ ਭੁੱਖ ਹੜਤਾਲ ਰੱਖੀ ਸੀਗੀ ਲੁਧਿਆਣਾ ਡੀਸੀ ਆਫਿਸ ਦੇ ਬਾਹਰ ਨਸ਼ੇ ਦੇ ਖਿਲਾਫ ਬਾਦਲਾਂ ਦੀ ਸਰਕਾਰ ਸੀ ਬਾਦਲਾਂ ਦੇ ਸੰਗਦਰਸ਼ਨ ਦੇ ਵਿੱਚ ਮੈਂ ਪੱਤਰਕਾਰ ਭਰਾਵਾਂ ਨੂੰ ਕਿਹਾ ਕਿ ਯਾਰ ਤੁਸੀਂ ਮੇਰੇ ਭਰਾਓ ਉੱਥੇ ਰੋਜ਼ ਕੋਈ ਨਾ ਕੋਈ ਵਿਚਾਰਾ ਬਿਹੋਸ਼ ਹੋ ਜਾਂਦਾ ਹੈ ਭੁੱਖ ਹੜਤਾਲ ਬੈਠੇ ਆ ਜਦੋਂ ਭੁੱਖੇ ਆ ਪਾਣੀ ਪੀਣਾ ਕੱਲਾ ਤਾਂ ਰੋਜ਼ ਅਸੀਂ ਡੀਐਮਸੀ ਕਿਸੇ ਨਾ ਕਿਸ ਨੂੰ ਲੈ ਕੇ ਜਾਂਦੇ ਸੀ ਤਾਂ ਮੈਂ ਕਿਹਾ ਯਾਰ ਸਵਾਲ ਪੁੱਛੋ ਬਾਦਲ ਸਾਹਿਬ ਨੂੰ ਵੀ ਭਾਈ ਇਹ ਉਹ ਬੈਠੇ ਆ ਮੁੰਡੇ ਉਹਨਾਂ ਦਾ ਹੱਲ ਕਰ ਨਸ਼ੇ ਦਾ ਡਰੱਗ ਪ੍ਰੋਵੀਨਸ਼ਨ ਬੋਰਡ ਬਣਾਓ ਤਾਂ ਜਦੋਂ ਪੱਤਰਕਾਰ ਵੀਰ ਨੇ ਸਵਾਲ ਪੁੱਛਿਆ ਤੇ 11 ਵਜੇ ਪ੍ਰੈਸ ਕਾਨਫਰੰਸ ਸੀ ਸਵਾ 11 ਮੈਂ ਉਹਨੂੰ ਫੋਨ ਕੀਤਾ ਕਹਿੰਦਾ ਜੀ ਇਹ ਤਾਂ ਬਾਹਰ ਆ ਗਏ ਆ ਬਾਦਲ ਨੇ ਇਹ ਕਹਤਾ ਕਿ ਬਾਦਲ ਕਹਿੰਦਾ ਤਾਂ ਆਪ ਨਸ਼ਾ ਕਰਕੇ ਬੈਠੇ ਬਿੱਟੂ ਹੋਰੀ ਮੈਨੂੰ ਬੜੀ ਤਕਲੀਫ ਹੋਈ ਮੈਂ ਚੌਂਕ 'ਚ ਖੜਾ ਸੀ ਜਗਰਹਾਉ ਮੈਂ ਕਿਹਾ ਮੈਂ ਹੁਣੇ ਆ ਗਿਆ ਤੁਸੀਂ ਜਾਇਓ ਨਾ ਕਹਿੰਦਾ ਤੂੰ ਆਏਂਗਾ ਉਹਨੂੰ ਯਕੀਨ ਨਹੀਂ ਹੋਇਆ ਵੀ ਮੈਂ ਸੰਗ ਮਾਜਾ ਕੇ ਬਾਅਦ ਨੂੰ ਕਿਹਾ ਵੀ ਆਹ ਗੱਲਬਾਤ ਸਭ ਤੁਸੀਂ ਬਣਵਾਉਂਦੇ ਕਰੋ ਨਾ ਡਰਗ ਪ੍ਰੋਵੀਜ਼ਨ ਬੋਰਡ ਤੇ ਉਹ ਉਸ ਮੁੱਦੇ ਤੇ ਅਸੀਂ ਬਾਤ ਨਾ ਪਿੜੇ ਆ ਰਵਨੀਤ ਬਿੱਟੂ ਤਾਂ ਨਹੀਂ ਪੜਿਆ ਰਵਨੀਤ ਬਿੱਟੂ ਤਾਂ ਆਰਾਮ ਨਾਲ ਬੈਠਾ ਸੀ ਸਟੇਜ ਦੇ ਉੱਤੇ ਉਹਦੇ ਨਾਲ ਦੇ ਡਿੱਗੀ ਜਾਂਦੇ ਸੀ ਰਵਨੀਤ ਬਿੱਟੂ ਕਿਉਂ ਨਹੀਂ ਡਿੱਗਿਆ ਬਾਦਲ ਨੇ ਤਾਂ ਮਤਲਬ ਸਹੀ ਕਿਹਾ ਸੀ ਵੀ ਉਹ ਨਸ਼ਾ ਕਰਕੇ ਬੈਠੇ ਆ ਵੀ ਦਾ ਮਤਲਬ ਇਹ ਨਸ਼ਾ ਕਰਕੇ ਬੈਠਾ ਸੀ ਉੱਥੇ ਇਹ ਤਾਂ 7 ਦਿਨ ਭੁਖੜਦਾਰ ਚੱਲੀ 8 ਦਿਨ ਨੂੰ ਤਾਂ ਕੁਝ ਵੀ ਨਹੀਂ ਹੋਇਆ ਇਹ ਤਾਂ ਪੱਗ ਬੰਨ ਕੇ ਟੌਰ ਨਾਲ ਬੈਠ ਜਾਂਦਾ ਸੀ ਡੈਗ ਕੌਣ ਰਸੀ ਜਿਹੜੇ ਆਮ ਘਰਾਂ ਦੇ ਪੱਤ ਬੈਠੇ ਸੀ ਨਾਲ ਸੋ ਨਸ਼ੇ ਦੀ ਗੱਲ ਜੇ ਤੁਸੀਂ ਇਹ ਗੱਲ ਕਰੋ ਵੀ ਨਸ਼ਾ ਕਰਦੇ ਆ ਇਹ ਤਾਂ ਯਾਰ ਬਾਲੀ ਹਾਸੋ ਹੀ ਨਹੀਂ ਗੱਲ ਆ ਯਾਰ ਉਹ ਤੁਸੀਂ ਲੋਕ ਕਹੋ ਯਾਰ ਜਿਹੜੇ ਲੋਕਾਂ ਨੇ ਤੁਸੀਂ ਦੱਸਤਾ ਦਿਓ ਨਾ ਇੱਕ ਕੰਮ ਤਾਂ ਦੱਸ ਦਿਓ ਪੰਜਾਬ ਲਈ ਇੱਕ ਬੱਚਾ ਦੱਸ ਦਿਓ ਇੱਕ ਬੱਚਾ ਦੱਸ ਦਿਓ ਵੀ ਤੁਸੀਂ ਇਸ ਬੱਚੇ ਦਾ ਜੀਵਨ ਬਣਾਇਆ ਏ ਇਹਨੂੰ ਦਲਦਲ ਚੋਂ ਨਸ਼ਿਆਂ ਦੀ ਚੋਂ ਕੱਢ ਕੇ ਸਿੱਧੇ ਰਸਤੇ ਲਾ ਇੱਕ ਦੱਸ ਦੇਣ ਜਿਆਦਾ ਨਹੀਂ ਵੀ ਪੁੱਛਦੇ ਇਹਨਾਂ ਸਾਰੇ ਲੀਡਰਾਂ ਨੂੰ ਪੁੱਛਦਾ ਇਹਨਾਂ ਨਸ਼ਾ ਵੰਡ ਕੇ ਵੋਟਾਂ ਲੈਣ ਵਾਲੇ ਲੋਕ ਨਸ਼ੇ ਤੇ ਦੂਜਿਆਂ ਤੇ ਇਲਜ਼ਾਮ ਨਸ਼ਾ ਦੇ ਲਾਉਣਗੇ ਕਿੰ ਕਿਹਦੇ ਕਿਹਦੇ ਚਿਹਰੇ ਨਹੀਂ ਜਾਣਦੇ ਅਸੀਂ ਬਿਹਤਰ ਇਹ ਹੈ ਵੀ ਮੈਂ ਚਾਹਨਾ ਵੀ ਮੈਂ ਇਹਨਾਂ ਲੋਕ ਇਹ ਨਕਾਰੇ ਹੋ ਲੋਕਾਂ ਮੈਂ ਇਹਨਾਂ ਸਾਰਿਆਂ ਲੋਕਾਂ ਦੇ ਖਿਲਾਫ ਨਾ ਬੋਲਾਂ ਮੇਰਾ ਮਨ ਨਹੀਂ ਕਰਦਾ ਕਿਉਂਕਿ ਪਰ ਦੁੱਖ ਹੁੰਦਾ ਜਦੋਂ ਸਾਡੇ ਚੰਗੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਇਹ ਪੁੱਠੇ ਸਿੱਧੇ ਬਿਆਨਬਾਜ਼ੀ ਘਟੀਆਂ ਸ਼ਬਦਾਵਲੀ ਵਰਤਦੇ ਉਹ ਤਕਲੀਫ ਹੁੰਦੀ ਆ ਔਰ ਮੈਨੂੰ ਨਹੀਂ ਹੁੰਦੀ ਹਰ ਪੰਜਾਬ ਦੇ ਉਸ ਸਿੱਖ ਨੂੰ ਹੁੰਦੀ ਆ ਹਰ ਪੰਜਾਬ ਦੇ ਉਸ ਚਿੰਤਕ Hindu ਨੂੰ ਹੁੰਦੀ ਆ ਹਰ ਪੰਜਾਬ ਨੂੰ ਪਿਆਰ ਕਰਨ ਵਾਲੇ ਉਸ ਮੁਸਲਮਾਨ ਨੂੰ ਹੁੰਦੀ ਆ ਜਿਹੜਾ ਪੰਜਾਬ ਨੂੰ ਘੁਗਵਸਦਾ ਵੇਖਣਾ ਚਾਹੁੰਦਾ ਜਦੋਂ ਇਹੋ ਜਿਹੇ ਰਾਜਨੀਤਿਕ ਲੋਕ ਜ਼ਿੰਮੇਵਾਰ ਉਹਦੇ ਤੇ ਬੈਠੇ ਲੋਕ ਇਹੋ ਜਿਹੇ ਘਟੀਆਂ ਬਿਆਨ ਦਿੰਦੇ ਆ ਪਰ ਇਹ ਤਾਂ ਮੰਗ ਵੀ ਹੀ ਕਰ ਰਹੇ ਨੇ ਕੀ ਕਹਿੰਦੇ ਅਮਰਿਤਪਾਲ ਕਹਿੰਦੇ ਨੇ ਕਿ ਮੈਂ ਭਾਰਤੀ ਨਾਗਰਿਕ ਨਹੀਂ ਆ ਤਾਂ ਕਹਿੰਦੇ ਕਿਉਂ ਫਿਰ ਉਹਨਾਂ ਨੂੰ ਭਾਰਤ ਦੇ ਵਿੱਚ ਰੱਖਿਆ ਹੋਇਆ ਯੂਪਾ ਲਾਓ ਕਹਿੰਦੇ ਪਾਸਪੋਰਟ ਲਓ ਇਹ ਨਾ ਨੋਂ ਟੈਰਸਿਸ ਨਾ ਇਹ ਸੋਹਣੀਆਂ ਗੱਲਾਂ ਕਰ ਰਿਹਾ ਹੈ ਇਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਬਿਹਬਲ ਕਲਾਂ ਦੇ ਵਿੱਚ ਸਾਡੇ ਦੋ ਨੌਜਵਾਨ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਸਰਾਵਾ ਤੇ ਜਿਨ੍ਹਾਂ ਨੇ ਮਾਰੇ ਆ ਕਤਲ ਕੀਤੇ ਆ ਉਹਨਾਂ ਨੂੰ ਕਿਉਂ ਨਹੀਂ ਫੜਦੇ ਇਹਨਾਂ ਨੇ ਕਦੇ ਇਹ ਨਹੀਂ ਕਿਹਾ ਇਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਡੇਰਾ ਪ੍ਰੇਮੀਆਂ ਦੇ ਜਿਨ੍ਹਾਂ ਨੇ ਬੇਅਦਬੀ ਜਿਨ੍ਹਾਂ ਨੇ ਪੋਸਟਰ ਲਾਇਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਰੂੜੀਆਂ ਤੇ ਖਿਲਾਰੇ ਆ ਉਹਨੂੰ ਫੜਨੀ ਮੰਗ ਇਹਨਾਂ ਨੇ ਕਿੱਦਾਂ ਕੀਤੀ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਇਹ ਆਪ ਦੇ ਅੰਦਰ ਦਾ ਜਾਤੀ ਮਾਰਨ ਬੰਦਾ ਦੇਖੋ ਕਿਸੇ ਨੂੰ ਜਵਾਬ ਦੇ ਨਹੀਂ ਮੈਂ ਖੁਦ ਨੂੰ ਜਵਾਬ ਦੇ ਆ ਜਾਂ ਮੈਂ ਪ੍ਰਮਾਤਮਾ ਨੂੰ ਜਵਾਬ ਦੇ ਆ ਮੈਨੂੰ ਪਤਾ ਹੈ ਕਿ ਜੇ ਮੈਂ ਕੁਝ ਗਲਤੀ ਗੁਨਾਹ ਕਰੂੰਗਾ ਤਾਂ ਉਹਦਾ ਮਾਲਕ ਸਭ ਦੇਖਦਾ ਹੈ ਮੈਨੂੰ ਪਤਾ ਜੇ ਮੈਂ ਚੰਗਾ ਕੰਮ ਕਰੂੰਗਾ ਲੋਕਾਂ ਤੋਂ ਲੁਕਾ ਕੇ ਕਰੂੰ ਉਹ ਵੀ ਮਾਲਕ ਦੇਖਦਾ ਮੈਨੂੰ ਉਹ ਜਾ ਫਲ ਮਿਲ ਜਣਾ ਪਰ ਯਾਰ ਇਹੋ ਜੀ ਬਿਆਨਬਾਜ਼ੀ ਕਿ ਇਹੋ ਜੀਆਂ ਮੰਗਾਂ ਰੱਖਣੀਆਂ ਤੁਸੀਂ ਦੱਸ ਤਾਂ ਦਿਓ ਹੁਣ ਪਤਾ ਸੀ ਭਗਵਾਨਤਮਨ ਸ਼ਰਾਬ ਪੀ ਕੇ ਗੁਰੂ ਸਾਹਿਬ ਦੇ ਹਜ਼ੂਰੀ ਜਿਗਿਆ ਕਿਹੜਾ ਲੀਡਰ ਬੋਲਿਆ ਨਾ ਚੋ ਅੱਜ ਕਿਹੜਾ ਬੋਲਦਾ ਭਗਵੰਤ ਮਾਨ ਦੇ ਖਿਲਾਫ ਅੱਜ ਭਗਵੰਤ ਮਾਨ ਸੱਤਾ ਧਾਰੀ ਆ ਅੱਜ ਭਗਵੰਤ ਮਾਨ ਡੱਕਾ ਤੋੜ ਕੇ ਦੂਰਾ ਨਹੀਂ ਕਰ ਰਿਹਾ ਭਗਵੰਤ ਮਾਨ ਜਿਹੜੇ ਬਚਨ ਕਰਦਾ ਸੀ ਉਹਨਾਂ ਤੋਂ ਫਿਰ ਗਿਆ ਜੋ ਉਹਨੇ ਬੋਲ ਕਹੇ ਸੀਗੇ ਵੋਟਾਂ ਤੋਂ ਪਹਿਲਾਂ ਅੱਜ ਉਹ ਕਰ ਨਹੀਂ ਰਿਹਾ ਪੂਰੇ ਅਸੀਂ ਨਹੀਂ ਕਹਿੰਦੇ ਹਜ਼ਾਰ-ਹਜ਼ਾਰ ਦਿਓ ਮੈਨੂੰ ਪਤਾ ਇਹਨਾਂ ਦੇ ਪੱਲੇ ਹੈ ਨਹੀਂ ਕੁਝ ਹਜ਼ਾਰ-ਹਜ਼ਾਰ ਕਾਹਦਾ ਦੇਣਾ ਅੱਜ ਬੋਲਣ ਇਹ ਭਗਵੰਤ ਮਾਨ ਪੰਜਾਬ ਦਾ ਪੈਸਾ ਕਦੇ ਬੰਬੇ ਤੁਸੀਂ ਦੇਖਿਆ ਛਤਰਪਤੀ ਸ਼ਿਵਾਜੀ 에어ਪੋਰਟ ਦੇ ਉੱਤੇ ਭਗਵੰਤ ਮਾਨ ਦੇ ਕੱਟਆਊਟ ਲੱਗੇ ਹੋਏ ਕੀ ਲੈਣਾ ਉੱਥੋਂ ਅਸੀਂ ਪੈਸਾ ਪੰਜਾਬ ਦਾ ਉੱਥੇ ਮੈਨੂੰ ਤਾਂ ਮੈਨੂੰ ਤਾਂ ਇਸ ਗੱਲ ਦਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਦਾ ਤਰਸ ਆ ਰਿਹਾ ਏ ਇਹਨਾਂ ਰਾਜਨੀਤਿਕ ਲੋਕਾਂ ਤੇ ਵੀ ਇਹਨਾਂ ਦੇ ਕੋਲੇ ਯਾਰ ਇੱਕ ਵੀ ਸੱਜਣ ਨਹੀਂ ਦਿੱਤਾ ਰੱਬ ਨੇ ਪਿਆਰਾ ਕੋਈ ਜਿਹੜਾ ਇਹਨਾਂ ਨੂੰ ਸਲਾਹ ਦੇ ਦੇਵੇ ਵੀ ਤੁਸੀਂ ਆਹ ਗਲਤੀਆਂ ਗੁਨਾਹ ਕਰ ਰਹੇ ਹੋ ਕੋਈ ਇਹਨਾਂ ਦੀ ਟੀਮ ਦੇ ਵਿੱਚ ਇੱਕ ਵੀ ਹੈ ਜਿਆ ਮਿੱਤਰ ਪਿਆਰਾ ਨਹੀਂ ਮਿਲਿਆ ਅਜੇ ਤੱਕ ਇਹਨਾਂ ਨੂੰ ਇਹਨਾਂ ਨੇ ਜ਼ਿੰਦਗੀ ਚ ਕੋਈ ਇਹੋ ਜਿਹਾ ਦੋਸਤ ਹੀ ਨਹੀਂ ਕਮਾਇਆ ਇਹਨਾਂ ਤੇ ਤਰਸ ਆਉਂਦਾ ਵੀ ਜਿਹੜਾ ਇਹਨਾਂ ਨੂੰ ਦੱਸੇ ਵੀ ਆਹ ਜਿਹੜੇ ਉੱਡੇ ਜਾਂਦੇ ਤੀਰ ਬੱਖੀਆਂ ਚ ਲੈਨੇ ਹੋ ਨਾ ਲਓ ਇਹਨਾਂ ਨੂੰ ਕੁਝ ਸਮਝਾਉਣ ਵਾਲੇ ਹੈ ਨਹੀਂ ਕੋਈ ਮਿੱਤਰ ਹੀ ਨਹੀਂ ਯਾਰ ਕਮਾਇਆ ਯਾਰ ਦੋਸਤ ਸੀਗਾ ਉਹ ਤਾਂ ਮਨਾਉਣ ਵਾਸਤੇ ਆਉਣ ਜੇ ਦੋਸਤ ਨੂੰ ਕਹਿਣ ਕਿ ਆਜੋ ਵਾਪਸ ਆਜੋ ਕੋਈ ਸਲਾਹ ਕਿਉਂਕਿ ਦੇਖੋ ਸਿੱਖ ਮੁੱਦਿਆਂ ਦੇ ਬਾਰੇ ਤੁਸੀਂ ਚੰਗੇ ਤਰੀਕੇ ਨਾਲ ਜਾਣਦੇ ਹੋ ਤੁਸੀਂ ਆਓ ਦੁਆਰਾ ਵਾਪਸੀ ਕਰੋ ਜੇ ਰਾਜਾ ਬੜੀ ਆਉਣ ਮਨਾਉਣ ਵਾਸਤੇ ਤਾਂ ਕਮਲਜੀਤ ਬਰਾੜ ਮੰਨਣਗੇ ਜੇ ਅਬਦਾਲੀਆਂ ਨਾਲ ਸਿੱਖ ਸਮਝੌਤੇ ਕਰ ਲੈਂਦੇ ਤੇ ਸਿੱਖਾਂ ਦਾ ਕਰਦਾਰ ਅੱਜ ਦੁਨੀਆ ਦੇ ਵਿੱਚ ਕੀ ਹੁੰਦਾ ਜੇ ਮੱッセ ਰੰਗੜ ਦੀ ਧੌਣ ਭਾਈ ਸੁੱਖਾ ਸਿੰਘ ਤੇ ਪਾਹੀ ਮਹਤਾਬ ਸਿੰਘ ਨਾ ਵੱਢਦੇ ਤੇ ਕੀ ਹਾਲਾਤ ਹੁੰਦੇ ਪੰਜਾਬ ਦੇ ਤੇ ਸਿੱਖਾਂ ਦੀ ਸਾਡੀ ਕੌਮ ਕਿਹੋ ਜਿਹੀ ਨਿਰਾਸ਼ਾ ਦੇ ਮਾਹੌਲ ਚ ਹੁੰਦੀ ਜਾਂ ਖਤਮ ਹੋ ਜਾਂਦੀ ਉਹ ਗਲਤੀ ਮੰਨੇ ਪੂਰੀ ਕੌਮ ਤੋਂ ਮੈਥੋਂ ਨਹੀਂ ਪੂਰੀ ਸਿੱਖ ਕੌਮ ਤੋਂ ਗਲਤੀ ਮੰਨੇ ਕਿ ਮੈਂ ਇਹਨੂੰ ਕੇਸਰੀ ਨਿਸ਼ਾਨ ਚੱਕਣ ਦੇ ਖਿਲਾਫ ਰੋਕਦਾ ਸੀ ਤੇ ਮੈਂ ਗਲਤ ਕਰਦਾ ਸੀ ਮੈਂ ਇਹਨੂੰ ਸਿੱਖਾਂ ਦੇ ਧਾਰਮਿਕ ਸਮਾਗਮਾਂ 'ਚ ਬਾਈਬਲ ਕਲਾ ਜਾਂ ਮੇਰੇ ਰੂਡੇ ਪਿੰਡ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਿੱਦੇ ਤਾਜ ਪੁਸ਼ ਤਾਂ ਮੈਂ ਉਹਨਾਂ 'ਚ ਜਾਣ ਤੋਂ ਨਹੀਂ ਰੋਕਦਾ ਸੀ ਤਾਂ ਮੈਂ ਇਹ ਗਲਤੀ ਕਰਦਾ ਸੀ ਮੈਂ ਗੁਨਾਹ ਕਰਦਾ ਸੀ ਮੈਂ ਸਾਰੀ ਸਿੱਖ ਕੌਮ ਤੋਂ ਮਾਫੀ ਮੰਗਦਾ ਫੇਰ ਕਿਤੇ ਜਾ ਕੇ 1% ਸੋਚਿਆ ਜਾ ਸਕਦਾ ਔਰ ਇਸ ਬੰਦੇ ਨਾਲ ਨਹੀਂ ਕਦੇ ਵੀ ਨਹੀਂ ਔਰ ਮੈਂ ਸਿਆਸਤ ਮੈਂ ਗਗਨ ਆਪਣੀ ਆਫ ਦੀ ਰਿਕਾਰਡ ਗੱਲਾਂ ਚਾਹਦੀਆਂ ਮੈਨੂੰ ਸਿਆਸਤ ਨਾਲ ਕੋਈ ਸਰਵਕਾਰ ਨਹੀਂ ਸਿਆਸਤ ਦਾ ਭਾਵ ਮੇਰਾ ਇਹ ਹੈ ਵੀ ਮੈਂ ਹਰ ਇੱਕ ਉਸ ਬੰਦੇ ਦਾ ਸਮਰਥਕ ਆ ਜਿਹੜਾ ਪੰਜਾਬ ਦੀ ਬਾਤ ਪਾਉਂਦਾ ਹੈ ਉਹ ਚਾਹੇ ਕੋਈ ਵੀ ਹੋਵੇ ਮੈਨੂੰ ਕੋਈ ਜ਼ਰੂਰੀ ਨਹੀਂ ਕਿ ਮੈਂ ਕੋਈ ਐਮ ਐਲ ਏ ਐਮ ਪੀ ਬਣ ਕੇ ਹੀ ਸਿਆਸਤ ਕਰਨੀ ਹੈ ਸਿਆਸਤਦਾਨ ਤਾਂ ਪੰਜ ਪੰਜ ਵਾਰ ਮੁੱਖ ਮੰਤਰੀ ਵੀ ਬਣ ਗਏ ਆ ਉਹ ਹਾਸ਼ੀਏ ਤੋਂ ਮਿਟ ਗਏ ਆ ਕੌਣ ਪੁੱਛਦਾ ਉਹਨਾਂ ਨੂੰ ਅੱਜ ਅਹੁਦੇ ਔਰਤਵਿਆਂ ਨਾਲ ਪਛਾਣ ਨਹੀਂ ਹੁੰਦੀ ਕਿਰਦਾਰ ਡਿਵੈਲਪ ਕਰਨਾ ਪੈਂਦਾ ਕਿਰਦਾਰ ਬਣਾਉਣਾ ਪੈਂਦਾ ਜਰਨਲ ਹਰੀ ਸਿੰਘ ਨਲੂਏ ਦਾ ਕਿਰਦਾਰ ਹੀ ਸੀ ਨਾ ਜਿਸ ਕਰਕੇ ਖੈਬਰ ਦਰੇ ਤੇ ਸਤਲੋਜ ਦੇ ਪਾਰ ਜਾ ਕੇ ਵੀ ਉਹਨੇ ਝੰਡਾ ਚੜਾਤਾ ਸੀ ਖਾਲਸੇ ਦਾ ਤੇ ਕਿਰਦਾਰ ਕਰਕੇ ਲੋਕ ਉਹਦੇ ਮਰੀਦ ਹੋਏ ਸੀ ਕਿਰਦਾਰ ਕਰਕੇ ਲੋਕ ਉਹ ਤੋਂ ਡਰਦੇ ਸੀ ਇਹਦਾ ਕਿਰਦਾਰ ਆ ਬੰਦੇ ਦਾ ਤਾਂ ਉਹਨਾਂ ਦੀ ਮuslman ਔਰਤਾਂ ਵੀ ਇਸ ਗੱਲ ਦੀਆਂ ਕਾਇਲ ਸੀ ਕਿ ਇਹ ਘੈਂਟ ਬੰਦੇ ਨੇ ਤੇ ਇਹਨਾਂ ਦਾ ਗੁਰੂ ਕਿੰਨਾ ਘੈਂਟ ਹੋਊਗਾ ਜਿਹੜੇ ਉਹਦੇ ਸਿੱਖ ਨੇ ਘੈਂਟ ਨੇ ਮਹਾਰਾਜਾ ਰਣਜੀਤ ਸਿੰਘ ਇੱਕ ਕਿਰਦਾਰ ਵਾਲੇ ਲੋਕ ਸੀ ਯਾਰ ਤੁਸੀਂ ਕਿਰਦਾਰ ਡਿਵੈਲਪ ਕਰੋ ਉਹਦੇ ਰਤਬੇ ਤਾਂ ਤੁਹਾਡੇ ਮਗਰ ਫਿਰਨਗੇ ਉਹਦੇ ਰਤਬੇ ਤਾਂ ਤੁਹਾਡੀ ਚੱਕਰੀ ਕਰਨਗੇ ਅੱਜ ਉਹਦੇ ਰਤਬਿਆਂ ਵਾਲੇ ਹੀ ਆ ਇਹ ਜਿਹੜੇ ਅੱਜ ਤਰਲੇ ਕਰ ਰਹੇ ਨੇ ਕੋਈ ਅਹੁਦੇ আর ਰਤਬੇ ਆ ਵਧੀਆ ਥਾਵਾਂ ਤੇ ਬੈਠੇ ਆ ਕੀ ਲੋੜ ਇਹਨਾਂ ਨੂੰ ਪੁੱਠੇ ਸਿੱਧੇ ਬਿਆਨ ਦੇਣ ਦੀ ਕਿਉਂ ਤਰਲੇ ਕਰ ਰਹੇ ਆ ਉਹਦੇ ਰਤਬਿਆਂ ਤੇ ਬੈਠ ਕੇ ਵੀ ਤਰਲੇ ਕਰ ਰਹੇ ਆ ਮੰਤਰੀ ਬਣ ਕੇ ਐਮਪੀ ਬਣ ਕੇ 10-10 ਸਾਲ ਮਜੀਠੀਏ ਵਰਗੇ ਮੰਤਰੀ ਰਹੇ ਆ ਤਰਲੇ ਕਿਉਂ ਕਰਦੇ ਫਿਰਦੇ ਆ ਕਿਉਂ ਤਰਲੇ ਕਰ ਰਹੇ ਆ ਜ਼ਮੀਨ ਤਲਾਸ਼ ਰਹੇ ਆ ਤੇ ਉਹ ਜ਼ਮੀਨ ਦੀ ਸਾਨੂੰ ਭੁੱਖ ਨਹੀਂ ਅਸੀਂ ਲੰਬੇ ਸਮੇਂ ਸਤਾਂਹੜਾਈ ਸਾਡੇ ਪਰਿਵਾਰ ਨੇ ਲੋਕਾਂ ਦੀ ਸੇਵਾ ਕਰੀਏ ਸਾਨੂੰ ਇਹਨਾਂ ਚੀਜ਼ਾਂ ਤੋਂ ਪ੍ਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੜਾ ਗਾਂ ਲੰਗ ਚੁੱਕੇ ਆ ਬਈ ਪਿੱਛੇ ਮੁੜ ਕੇ ਹੁਣ ਨਹੀਂ ਦੇਖਣਾ ਨਹੀਂ ਆਦਾ ਨਹੀਂ ਕੋਈ ਮੇਰਾ ਪਿੱਛੇ ਮੁੜ ਕੇ ਵੇਖਦਾ ਮੇਰਾ ਮਨ ਹੀ ਨਹੀਂ ਹੈਗਾ ਯਾਰ ਕਿਉਂਕਿ ਮੈਂ ਇਹਨਾਂ ਲੋਕਾਂ ਨੂੰ ਅੰਦਰੋਂ ਜਾਣਦਾ ਇਹ ਲੋਕ ਤੁਹਾਡੀ ਕਾਬਲੀਅਤ ਦੇ ਰਾਹ ਦੇ ਵਿੱਚ ਰੋੜੇ ਬਣਦੇ ਆ ਕਈ ਵਾਰ ਤੁਹਾਡੀ ਕਾਬਲੀਅਤ ਹੀ ਤੁਹਾਡੇ ਰਾਹ ਚ ਰੋੜਾ ਬਣ ਜਾਂਦੀ ਹੋ ਸਕਦਾ ਹੈ ਇਸ ਕਰਕੇ ਇਹਨਾਂ ਨੇ ਨੁਕਸਾਨ ਕੀਤਾ ਹੋਵੇ ਕਹਿੰਦੇ ਸੀ ਮੈਨੂੰ ਕਿ ਤੂੰ ਇੰਦਰਾ ਗਾਂਧੀ ਨੂੰ ਮਰਦਾਬਾਦ ਕਿਉਂ ਕਹਿਣਾ ਹੈ ਹੁਣ ਮੈਨੂੰ ਇਹ ਦੱਸੋ ਤੁਸੀਂ ਸਾਡ ਅਕਾਲ ਤਖਤ ਸਾਹਿਬ ਸਾਡੇ ਗੁਰੂ ਦਾ ਅਕਾਲ ਦਾ ਤਖਤ ਸਾਡਾ ਦਰਬਾਰ ਸਾਹਿਬ ਉਹਦੇ ਤੇ ਹਮਲਾ ਕਰਨ ਵਾਲੇ ਨੂੰ ਮੁਰਦਾਬਾਦ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਆਕਾਲੀ ਦਲ ਵਾਲੇ ਸੀਗੇ ਮੇਰੇ ਨਾਲ ਬਹਿਸ ਦੇ ਵਿੱਚ ਭੱਜੇ ਆ ਮੈਂ ਕਿਹਾ ਮੈਂ ਕਹਿੰਨਾ ਹੈ ਮੁਰਦਾਬਾ ਤੂੰ ਕਹਿ ਬਾਦਲ ਮੁਰਦਾਬਾ ਜੀ ਨੇ ਚਿੱਠੀ ਲਿਖੀ ਆ ਉਹ ਬੰਦਾ ਉਹ ਬੰਦਾ ਉਹ ਬਲਾਰਾ ਆਕਾਲੀ ਦਲ ਦਾ ਜਿਹੜਾ ਖੁਦ ਸੰਤਾਂ ਦੇ ਨਾਲੋਂ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਅੱਜ ਜਿਉਂਦਾ ਹੈ ਆਕਾਲੀ ਦਲ ਦਾ ਤਿੰਨ ਵਾਰੀ ਐਮਐਲ ਚਾਰ ਵਾਰੀ ਐਮਐਲ ਵੀ ਬਣ ਚੁੱਕਿਆ ਉਹ ਤਾਂ ਉਹ ਮੇਰੇ ਨਾਲ ਬਹਿਸ ਤੋਂ ਭੱਜ ਗਿਆ ਸੀ ਫੋਨ ਕੱਟ ਕੇ ਕਿ ਜਦੋਂ ਮੈਂ ਕਿਹਾ ਮੈਂ ਕਹਿ ਦੇਣਾ ਮੈਂ ਕਿਹਾ ਮੈਂ ਕੱਲੀ ਇਦਰਾ ਗਾਂਧੀ ਨਹੀਂ ਪ੍ਰਕਾਸ਼ ਸਿੰਘ ਬਾਦਲ ਹੋਰ ਜਿੰਨੇ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਜਿਨ੍ਹਾਂ ਨੇ ਸੰਤਾਂ ਤੋਂ ਜਿਨ੍ਹਾਂ ਨੂੰ ਪਾਇਆ ਸੀ ਜੀ ਸੰਤ ਜਿਉਂਦੇ ਰਹੇ ਤਾਂ ਅਸੀਂ ਪੰਥ ਕਿਚਰੇ ਨਹੀਂ ਬਣ ਸਕਦੇ ਸੋ ਉਹ ਉਹ ਵੀ ਜੋ ਉਹ ਵੀ ਮਰਦਾਬਾਦ ਹਨ ਨਾਲ ਸਾਰੇ ਤਾਂ ਇਹ ਚੀਜ਼ਾਂ ਤਾਂ ਮੈਨੂੰ ਸੰਤਾਂ ਦਾ ਜ਼ਿਕਰ ਕੀਤਾ ਬਹੁਤੇ ਇਹ ਵੀ ਕਹਿ ਰਹੇ ਨੇ ਕਿ ਅੰਮ੍ਰਿਤ ਪਾਲੋਨੀ ਸੰਤਾ ਦੀ ਕਹਿੰਦੇ ਕਾਪੀ ਕਰ ਰਹੇ ਨੇ ਉਹੀ ਚੀਜ਼ ਕਰਨਾ ਚਾਹੁੰਦੇ ਨੇ ਉਹੀ ਚੀਜ਼ ਬਣਨਾ ਚਾਹੁੰਦੇ ਨੇ ਦੇਖੋ ਆਏ ਕਿਸੇ ਨੂੰ ਕਾਪੀ ਕਰਕੇ ਕੁਝ ਨਹੀਂ ਬਣਿਆ ਜਾ ਸਕਦਾ ਉਹਨਾਂ ਦੀ ਕਮਾਈ ਸੀ ਉਹ 50 ਪਾਠ ਜਪਜੀ ਸਾਹਿਬ ਦੇ ਕਰਦੇ ਸੀ 51 ਪਾਠ 51 ਪਾਠ ਜਪਜੀ ਸਾਹਿਬ ਦੇ ਬੈਠ ਕੇ ਕਰਨਾ ਬੰਦਗੀ ਕਰਨੀ ਇਹ ਤੋਂ ਵੱਡੀ ਗੱਲ ਕੋਈ ਹੋ ਹੀ ਨਹੀਂ ਸਕਦੀ ਉਹ ਜਿਹੜਾ ਬੰਦਾ ਬੰਦਗੀ ਕਰਦਾ ਇੰਨੀ ਜਪਜੀ ਸਾਹਿਬ ਪੜਦਾ ਹੈ ਨਿਰੰਗ ਕਰਨ ਨਾਲ ਜੁੜਿਆ ਹੋਇਆ ਹੈ ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਸੋ ਉਹਨਾਂ ਵਰਗੇ ਤਾਂ ਨਹੀਂ ਬਣਨਾ ਉਹਨਾਂ ਵਰਗੇ ਬਣਨਾ ਤਾਂ ਬਹੁਤ ਔਖਾ ਹੈ ਪਰ ਜੇ ਅਸੀਂ ਆਪਦੇ ਨਾਇਕਾਂ ਨੂੰ ਅਸੀਂ ਕਾਪੀ ਨਹੀਂ ਕਰਾਂਗੇ ਤਾਂ ਫਿਰ ਅਸੀਂ ਕੀ ਨੂੰ ਕਰਾਂਗੇ ਜੇ ਅਸੀਂ ਉਹਨਾਂ ਦੇ ਦਿਖਾਏ ਹੋਏ ਰਸਤਿਆਂ ਤੇ ਨਹੀਂ ਚੱਲਾਂਗੇ ਤਾਂ ਕਿਹਦੇ ਤੇ ਚੱਲਾਂਗੇ ਫਿਰ ਅਸੀਂ ਫਿਰ ਅਸੀਂ ਫਿਲਮਾਂ ਵਾਲਿਆਂ ਨੂੰ ਥੋੜੀ ਕਾਪੀ ਕਰਨਾ ਜਿਵੇਂ ਇਹ ਕਰਦੇ ਆ ਤਿੰਨੇ ਚਾਰੇ ਜਿਵੇਂ ਉਹ ਸਟਾਈਲ ਮਾਰਦੇ ਆ 3-4 ਇਹ ਜਿਵੇਂ ਬੋਲਣ ਦਾ ਨਾ ਤਰੀਕਾ ਫਿਲਮ ਵਾਲਿਆਂ ਇਹ ਨਕਲੀ ਨੇ ਸਾਡੇ ਲੋਕ ਸਾਡੇ ਨਾਇਕ ਅਸਲੀ ਨੇ ਡਾਕਟਰ ਸਾਹਿਬ ਮੈਂ ਸ਼ੁਰੂ ਚ ਵੀ ਜਿਵੇਂ ਇਹ ਸਵਾਲ ਪੁੱਛਿਆ ਸੀ ਕਿ ਬਹੁਤੇ ਕਹ ਰਹੇ ਕਿ ਕਰੈਕਟਰ ਦੇ ਉੱਤੇ ਸ਼ੱਕ ਅਜੇ ਵੀ ਚੱਲ ਰਿਹਾ ਹੈ ਔਰ ਉਸੇ ਤਰੀਕੇ ਦੇ ਨਾਲ ਹੁਣ ਇੱਕ ਨਵੀਂ ਐਂਟਰੀ ਰੀਨਾ ਰਾਏ ਦੀ ਹੁੰਦੀ ਹੈ ਦੀਪ ਸਿੱਧੂ ਦੀ ਮੰਗੇਤਰ ਰਹੀ ਸੀ ਹੁਣ ਆ ਕੇ ਜਿਸੇ ਕਦਾ ਇੰਟਰਵਿਊਸ ਦੇ ਰਹੀ ਹੈ ਉਹ ਕਹਿੰਦੇ ਕਿ ਦੀਪ ਸਿੱਧੂ ਦਾ ਸ਼ਹੀਦ ਹੋਇਆ ਹੀ ਨਹੀਂ ਜਾਣ ਬੁਝ ਕੇ ਕਹਿੰਦੇ ਅੰਮ੍ਰਿਤਪਾਲ ਉਹਨਾਂ ਦੇ ਵੱਲੋਂ ਫੰਡ ਇਕੱਠੇ ਕਰਨ ਵਾਸਤੇ ਔਰ ਇੱਕ ਪਬਲਿਸਿਟੀ ਇਕੱਠੀ ਕਰਨ ਵਾਸਤੇ ਇੱਕ ਫੇਮ ਇਕੱਠਾ ਕਰਨ ਯਾਰ ਗਗਨ ਕੋਈ ਚੰਗਾ ਬੰਦਾ ਇਲਜ਼ਾਮ ਲਾਵੇ ਯਾਰ ਤਾਂ ਆਪਾਂ ਮੰਨ ਸਕਦੇ ਆ ਇੱਕ ਬੰਦਾ ਵਿਆਹਿਆ ਹੋਇਆ ਉਹ ਇੱਕ ਔਰਤ ਨੂੰ ਪਤਾ ਹੈ ਕਿ ਵਿਆਹਿਆ ਹੋਇਆ ਹੈ ਇਹਦੀ ਪਤਨੀ ਘਰੇ ਆ ਇਹ ਵਧੀਆ ਪਤੀ ਵਰਤਦਾ ਇਹਦਾ ਚੰਗਾ ਪਰਿਵਾਰ ਹੱਸਦਾ ਵਸਦਾ ਹੈ ਤਾਂ ਉਹ ਔਰਤ ਫਿਰ ਉਸ ਮਰਦ ਨਾਲ ਰਹਿੰਦੀ ਆ ਉਸ ਮਰਦ ਨਾਲ ਦੋਸਤਾਨਾ ਸਬੰਧ ਬਣਾਉਂਦੀ ਆ ਰਾਤਾਂ ਕੱਟਦੀ ਆ ਤਾਂ ਉਸ ਔਰਤ ਦਾ ਕਰੈਕਟਰ ਕਿੱਥੇ ਮੈਨੇ ਰੱਖਦਾ ਹੈ ਹੈ ਕਿਤੇ ਮੈਨੇ ਰੱਖਦਾ ਉਸ ਔਰਤ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਆਪਾਂ ਦੇਖੀਏ ਯਾਰ ਜਿਹੜੀ ਤੂੰ ਛੱਡ ਕੇ ਭੱਜ ਗਈ ਉਹਨੂੰ ਤੇਰਾ ਦੋਸਤ ਸੀ ਚਲ ਗਾਂ ਛੱਡਦੇ ਹੋਰ ਕੋਈ ਗੱਲ ਨਹੀਂ ਤੇਰਾ ਕੋਈ ਰਿਸ਼ਤਾ ਨਹੀਂ ਉਹਦੇ ਨਾਲ ਤੇਰਾ ਦੋਸਤ ਸੀਗਾ ਕਿਨ ਆਪਾਂ ਦੋ ਦੋਸਤ ਚੱਲੇ ਆ ਯਾਰ ਤੈਨੂੰ ਕੋਈ ਰਾਸਤੇ 'ਚ ਮੁਸੀਬਤ ਆ ਗਈ ਮੈਂ ਤੈਨੂੰ ਛੱਡ ਕੇ ਭੱਜ ਜਾਉ ਛੱਡ ਕੇ ਭੱਜਣ ਵਾਲੇ ਕੌਣ ਹੁੰਦੇ ਨੇ ਗਦਾਰ ਭਗੌੜੇ ਹੁਣ ਗਦਾਰਾਂ ਭਗੌੜਿਆਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਆਪਾਂ ਕਲੇਮ ਕਰਾਂਗੇ ਇਲਜ਼ਾਮ ਲਾਵਾਂਗੇ ਫੰਡਿੰਗ ਦਾ ਔਰ ਦੇਖੋ ਪੈਸਾ ਤਾਂ ਹਰੇਕ ਬੰਦਾ ਇਕੱਠਾ ਕਰ ਸਕਦਾ ਹੈ ਪਰ ਜਿਹੜੀ ਅਸਲ ਕਮਾਈ ਹੈ ਨਾ ਜਿਹੜਾ ਅਸਲ ਲੋਕਾਂ ਦਾ ਪਿਆਰ ਆ ਨਾ ਉਹ ਹਰੇਕ ਦੇ ਹਿੱਸੇ ਨਹੀਂ ਆਉਂਦਾ ਪੈਸਾ ਤਾਂ ਜਿੰਨਾ ਮਰਜੀ ਮੈਂ ਹੁਣ ਦੇਖੋ ਮੈਂ ਕੇਸਰੀ ਨਿਸ਼ਾਨ ਖਾਤਰ ਝੰਡੇ ਖਾਤਰ ਨਿਸ਼ਾਨ ਲਿਆ ਸਟੈਂਡ ਲਿਆ ਨਾ ਤਾਂ ਮੈਨੂੰ ਨਹੀਂ ਪਤਾ ਕਿੰਨੇ ਕੁ ਲੋਕਾਂ ਦੇ ਮੈਨੂੰ ਇਹੋ ਜਿਹੇ ਫੋਨ ਆ ਗਏ ਕਿ ਸਾਨੂੰ ਆਵਾਜ਼ ਤਾਂ ਮਾਰ ਮੂੰਹ ਚੋਂ ਇੱਕ ਵਾਰ ਮਤਲਬ ਬਾਰ ਬਾਰ ਇੱਕੋ ਗੱਲ ਕਹਿਣੀ ਕਿ ਯਾਰ ਇੱਕ ਵਾਰ ਕਹਿ ਕੇ ਤਾਂ ਵੇਖ ਬੋਲ ਆਪਦੇ ਮੂੰਹ ਚੋਂ ਕੱਢ ਕੇ ਤਾਂ ਦੇਖ ਬਗਾਨੇ ਮੁਲਕਾਂ ਚ ਕਿ ਇੱਕ ਵਾਰ ਬਚਨ ਮੂੰਹ ਚੋਂ ਕੱਢ ਸਾਨੂੰ ਅਸੀਂ ਉੱਤੇ ਨਾ ਪੂਰੇ ਉੱtre ਫੇਰ ਕਹੀ ਸਾਨੂੰ ਕਹਿ ਕੇ ਤਾਂ ਵੇਖ ਕੁਛ ਮੇਰੇ ਵਰਗੇ ਬੰਦੇ ਨੂੰ ਉਹ ਤੋਂ ਉੱਦ ਤੱਕ ਇੰਨਾ ਵਧੀਆ ਕਾਰਜ ਕਰ ਰਿਹਾ ਤੇ ਪੈਸੇ ਦੀ ਕੋਈ ਕਮੀ ਰਹਿਣੀ ਆ ਕਿਤੇ ਪੈਸਾ ਤਾਂ ਬਹੁਤ ਛੋਟੀ ਚੀਜ਼ ਆ ਯਾਰ ਫੰਡਿੰਗ ਕੀ ਚੀਜ਼ ਆ ਉਹੀ ਆ ਗਈ ਨਾ ਗੱਲ ਇਹ ਫਿਲਮ ਵਾਲੇ ਇਹ ਸਿਆਸਤਦਾਨ ਇਹਨਾਂ ਲਈ ਕੀ ਟਾਰਗੇਟ ਆ ਪੈਸਾ ਇਹਨਾਂ ਲਈ ਸਾਰਾ ਕੁਝ ਹੈਗਾ ਪੈਸਾ ਇਹਨਾਂ ਨੂੰ ਪੈਸਾ 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 ਨਜਰਾਉਂਦਾ ਚਾਰੇ ਪਾਸੇ ਹੁਣ ਪੈਸਾ ਬਣਾ ਲਿਆ ਪੈਸਾ ਸੰਭਾਲਣਾ ਕਿਵੇਂ ਆ ਕਿਵੇਂ ਸੰਭਲ ਜਾਊਗਾ ਜਦ ਦੂਜੀ ਸਰਕਾਰ ਆ ਗਈ ਉਹ ਤੇ ਗੋਡੇ ਫੜ ਲੋ ਮੰਤਰੀ ਮੁੱਖ ਮੰਤਰੀ ਦੇ ਇਹੀ ਕੁਝ ਕਰ ਰਹੇ ਆ ਔਰ ਉਹ ਜਿਹੜੀ ਇੱਕ ਨਹੀਂ ਉਹਦੀਆਂ ਗੱਲਾਂ ਨੂੰ ਬੜੀ ਤਵੱਜੋ ਨਹੀਂ ਦੇਣੀ ਚਾਹੀਦੀ ਦਿਮਾਗ ਲੱਗਦਾ ਪਿੱਛੇ ਰਹੀ ਨਾ ਰਹੇ ਕਿਸੇ ਹੋਰ ਤੋਂ ਉਹ ਦੇਖੋ ਜੀ ਕਮਾਲ ਕਰਦੇ ਹੋ ਤੁਸੀਂ ਹੁਣ ਇਹ ਸਮਝਣ ਵਾਲੀ ਗੱਲ ਆ ਕਿ ਜਿਹੜੇ ਸਿਆਸਤਦਾਨ ਸਟੇਟਮੈਂਟਾਂ ਦੇ ਰਹੇ ਆ ਇੱਕਦਮ ਇਹ ਆ ਗਈ ਆ ਤੂੰ ਆਪਣੇ ਤੇਰਾ ਦੋਸਤ ਸੀ ਤੂੰ ਕਹਿੰਦੀ ਆ ਦੀ ਮੇਰਾ ਦੋਸਤ ਸੀ ਕਹਿੰਦੀ ਵਿਆਹ ਕਰਾਉਣਾ ਸੀ ਹਾਂ ਵਿਆਹ ਕਰਾਉਣਾ ਸੀ ਫਿਰ ਤੂੰ ਆਪਦੇ ਜਿਹਦੇ ਨਾਲ ਵਿਆਹ ਕਰਾਉਣਾ ਸੀ ਉਹ ਖਸਮ ਨੂੰ Laash ਨੂੰ ਪਈ ਛੱਡ ਕੇ ਭੱਜ ਗਈਆਂ ਉੱਥੇ ਕੋਲੇ ਤੇਰੇ Laash ਪਈ ਆ ਤੇਰੇ ਖਰੀ ਤੇਰੇ ਝਰੀਟ ਤੱਕ ਨਹੀਂ ਆਈ ਤੇ ਜਾਂ ਤਾਂ ਤੈਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੋਵੇ ਤੇ ਤੇਰਾ ਸੱਟਾ ਬਹੁਤ ਲੱਗਿਆ ਹੁਣ ਤੈਨੂੰ ਸੁਰਤ ਨਾ ਹੋਵੇ ਯਾਰ ਤੂੰ ਸੁਰਤ ਦੇ ਵਿੱਚ ਬੈਠੀ ਆ ਆਪਦੇ ਦੋਸਤ ਨੂੰ ਛੱਡ ਕੇ ਭੱਜ ਗਈ ਖਸਮ ਨੂੰ ਛੱਡ ਕੇ ਭੱਜ ਗਈ ਜਿਹਦੇ ਨਾਲ ਵਿਆਹ ਕਰਾਉਣਾ ਸੀ ਉਹਨੂੰ ਛੱਡ ਕੇ ਭੱਜ ਗਈਆਂ ਤੇ ਤੇਰਾ ਕੈਰੇਕਟਰ ਕੀ ਆ ਕਰਦਾਰ ਕੀ ਅੱਜ ਤੂੰ ਆ ਕੇ ਉਂ ਸਭ ਆਪਣਾ ਮਾਸ ਬਚਾਉਂਦੇ ਆ ਸੱਜਣਾ ਇਹ ਪਰ ਇਹਨਾਂ ਨੂੰ ਇਹ ਸਮਝਣੀ ਚਾਹੀਦੀ ਹੈ ਜੀਵਨ ਇੱਕ ਵਾਰ ਮਿਲਿਆ ਹੈ ਜਦੋਂ ਤੁਹਾਡੀ ਲਿਖਤਕਾਰ ਹੋ ਗਈ ਉਦੋਂ ਆਓ ਆ ਜਾਣੀਆਂ ਇਹ ਤੋਂ ਨਾ ਡਰੋ ਆਪਣਾ ਮਾਸ ਨਾ ਬਚਾਓ ਯਾਰ ਤੁਹਾਨੂੰ ਰੱਬ ਨੇ ਜੀਵਨ ਦਿੱਤਾ ਹੈ ਤਾਂ ਲੋਕਾਂ ਲਈ ਕੁਝ ਕਰੋ ਕਿਸੇ ਦੂਜੇ ਲਈ ਕੁਝ ਕਰੋ ਜਿਹੜੇ ਲੋੜਵੰਦਾਂ ਦੀ ਖਾਤਰ ਖੜੋ ਤੁਸੀਂ ਤਾਂ ਆਪਣੇਆਂ ਤੋਂ ਭੱਜ ਗਏ ਯਾਰ ਤੁਸੀਂ ਆਪਣੇਆਂ ਤੋਂ ਪਗੌੜੇ ਹੋਗੇ ਤੁਹਾਡੀਆਂ ਗੱਲਾਂ ਦੇ ਅਖੀਰ ਦੇ ਵਿੱਚ ਕਿਰਦਾਰ ਦਾ ਜ਼ਿਕਰ ਹੋ ਰਿਹਾ ਅਮਰਿਤਪਾਲ ਸਿੰਘ ਉਹਨਾਂ ਦੇ ਕਿਰਦਾਰ ਨੂੰ ਕੀ ਡਿਫਾਈਨ ਕਰਨਾ ਚਾਹੋਗੇ ਔਰ ਜਿਸ ਤਿਕਾ ਨਾ ਜੋ ਇਸ ਵੇਲੇ ਨੌਜਵਾਨ ਕਹਿ ਰਹੇ ਸਾਨੂੰ ਇਹ ਆਗੂ ਮਿਲਿਆ ਤਾਂ ਕਿਵੇਂ ਨੌਜਵਾਨ ਕਹਿਣਾ ਚਾਹੁੰਗੇ ਦੇਖੋ ਕਰਤਾਰ ਬੰਦੇ ਦੇ ਕੰਮ ਤੋਂ ਆਪੇ ਡਿਫਾਈਨ ਹੋ ਜਾਂਦਾ ਮੈਨੂੰ ਲੋੜ ਨਹੀਂ ਮੈਂ ਕਿਸੇ ਦਾ ਕਰਤਾਰ ਡਿਫਾਈਨ ਕਰਾਂ ਮੈਂ ਤਾਂ ਦੋ ਚੀਜ਼ਾਂ ਦੇਖੀਆਂ ਨੇ ਇੱਕ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਇਹ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਖੜ ਕੇ ਮੈਂ ਇਹ ਗੱਲ ਕਹਿੰਦਾ ਮੈਂ ਭੱਜੂਗਾ ਨਹੀਂ ਪਿੱਠ ਨਹੀਂ ਮੁਖਾਉਂਗਾ ਮੈਂ ਕੌਮਨਾ ਧੋਖਾ ਨਹੀਂ ਕਰੂੰਗਾ ਫਿਰ ਸਾਡੇ ਲਈ ਸਭ ਤੋਂ ਵੱਡੀ ਗੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਉਹਦੇ ਉੱਤੇ ਕੁਝ ਵੀ ਹੈ ਨਹੀਂ ਸਾਡੇ ਲਈ ਕਿ ਹਰੇਕ ਸੱਚੇ ਸਿੱਖ ਲਈ ਹਰੇਕ ਸ ਭਗਤ ਰਾਮਾਨੰਦ ਜੀ ਭਗਤ ਜੈਦੇਵ ਜੀ ਹਿੰਦੂ ਬ੍ਰਾਹਮਣ ਉਹਨਾਂ ਦੀ ਬਾਣੀ ਹੈ ਭਗਤ ਕਬੀਰ ਜੀ ਮੁਸਲਮਾਨ ਨੇ ਫਕੀਰ ਜਲਾਹਿਰ ਇਸਜਾਦ ਦੇ ਉਹਨਾਂ ਦੀ ਬਾਣੀ ਹੈ ਭਗਤ ਨਾਮਦੇਵ ਜੀ ਚੀਬੇ ਨੇ ਭਗਤ ਸੇਵ ਜੀ ਜਾਤ ਦੇ ਨਾ ਹੀ ਨੇ ਹਾਲਾਂਕਿ ਭਗਤ ਫਰੀਦ ਜੀ ਜਿਹੜੇ ਮੁਸਲਮਾਨ ਫਕੀਰ ਨੇ ਹਾਲਾਂਕਿ ਇਹ ਲੋਕ ਭੇਜ ਦਾ ਰੱਬ ਚ ਇਹ ਜਾਤਾਂ ਪਾਤਾਂ ਤੋਂ ਬਹੁਤ ਉੱਤੇ ਨੇ ਜਾਤ ਪਾਤ ਮਾਇਨੇ ਨਹੀਂ ਰੱਖਦੇ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਹੀ ਇਹ ਦਿੱਤਾ ਸੋ ਜਿਹੜਾ ਬੰਦਾ ਉਸ ਗੁਰੂ ਸਾਹਿਬ ਦੀ ਹਜ਼ੂਰੀ ਚ ਜਿਹੜਾ ਸਾਂਝੀ ਵਾਲਤਾ ਦਾ ਸੁਨੇਹਾ ਦੋ ਉੱਥੇ ਖੜ ਕੇ ਇਹ ਗੱਲ ਕਹਿੰਦਾ ਕਿ ਮੈਨੂੰ ਮੈਂ ਭੱਜੂਗਾ ਨਹੀਂ ਮੈਂ ਪਿੱਠ ਨਹੀਂ ਵਿਖਾਊਗਾ ਤੇ ਫਿਰ ਕਿਉਂ ਨਹੀਂ ਇਤਬਾਰ ਕਰਨਾ ਫਿਰ ਉਹਦਾ ਕਿਰਦਾਰ ਕੀ ਹੋਊਗਾ ਤੁਸੀਂ ਸਮਝੋ ਇੱਕ ਬੰਦਾ ਤਾਂ ਪੰਜਾਬ ਦਾ ਤੁਸੀਂ ਮੁੱਖ ਮੰਤਰੀ ਬਣਾਤਾ ਜਿਹਦੇ ਤੇ ਇਲਜ਼ਾਮ ਲੱਗਿਆ ਸੀ ਕਿ ਗੁਰੂ ਸਾਹਿਬ ਦੀ ਹਜ਼ੂਰ ਚ ਇੱਕ ਸਿੰਘ ਆਵਾਜ਼ ਮਾਰ ਰਿਹਾ ਉਹ ਆਹ ਦੇਖੋ ਸ਼ਰਾਬੀ ਜਾਂਦਾ ਏ ਬਾਈਬਲ ਕਲਾ ਭੋਗ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਤੇ ਉੱਥੋਂ ਭੱਜਿਆ ਉਹ ਖੜਦਾ ਉੱਥੇ ਮਾਂ ਦਾ ਪੁੱਤ ਭਗਵੰਤ ਮਾਨ ਕਹਿੰਦਾ ਚਲੋ ਚੱਲਦੇ ਹਾਂ ਹਸਪਤਾਲ ਕਰਾਓ ਮੈਡੀਕਲ ਮੇਰਾ ਖੜਿਆ ਨਹੀਂ ਭੱਜ ਗਿਆ ਇੱਕ ਬੰਦਾ ਗੁਰੂ ਸਾਹਿਬ ਦੀ ਹਜ਼ੂਰੀ ਚ ਸ਼ਰਾਬ ਪੀ ਕੇ ਜਾਂਦਾ ਪੰਜਾਬ ਦੇ ਲੋਕੋ ਨੂੰ ਮੁੱਖ ਮੰਤਰੀ ਬਣਾ ਦਿੰਦੇ ਆ ਇੱਥੇ ਕਿਰਦਾਰ ਦੀ ਗੱਲ ਕਿੱਥੇ ਮੈਨੇ ਰੱਖਦੀ ਫਿਰ ਫਿਰ ਹੁਣ ਭੁਗਤ ਵੀ ਰਹੇ ਆ ਤਾਂ ਦੂਜੇ ਪਾਸੇ ਇੱਕ ਬੰਦਾ ਅੰਮ੍ਰਿਤ ਸ਼ਕਾਰਿਆ ਲੋਕਾਂ ਨੂੰ ਨਸ਼ੇ ਦੀ ਦਲਦਲ ਚ ਪੰਜਾਬ ਦੀਆਂ ਮਾਵਾਂ ਦੀਆਂ ਦੁਆਵਾਂ ਲੱਗ ਰਹੀਆਂ ਉਹਨੂੰ ਸਾਡੇ ਬੱਚੇ ਵੱਜ ਜਾਣਗੇ ਮੇਰੇ ਪਿੰਡ ਦਾ ਮੇਰੇ ਪਿੰਡ ਦੀ ਇੱਕ ਮਾਂ ਮੇਰੇ ਕੋਲੇ ਘਰੇ ਚੱਲ ਕੇ ਆਈ ਕਿ ਪੁੱਤ ਸਾਡਾ ਬੱਚਾ ਨਸ਼ਾ ਛਡਾਉਣਾ ਇਹਦਾ ਮੈਂ ਕਿਹਾ ਆਪਾਂ ਸੈਂਟਰ ਚ ਭਰਤੀ ਕਰਾ ਦੇਣਾ ਜੋ ਪੈਸੇ ਲੱਗੇ ਮੈਂ ਦੇ ਦੂੰਗਾ ਤਾਂ ਤੇ ਕਹਿੰਦੀ ਨਹੀਂ ਪੁੱਤ ਅੰਮ੍ਰਿਤ ਪਾਲਣਾ ਛੱਡ ਦਿਓ ਮਾਵਾ ਨੂੰ ਇੱਕ ਉਮੀਦ ਜਾਗੀ ਆਸ ਜਾਗੀ ਆ ਮਾਂ ਨੇ ਕਦੇ ਧਰ ਕੇ ਹਾਰੀਆ ਰਵਨੀਤ ਬਿੱਟੂ ਗੁਰ ਛੜਦੋ ਰਾਜਵੜੇ ਕੋਲ ਛੜਦੋ ਬਜੀਠੀਏ ਕੋਲ ਛੜਦਿਓ ਪਤਾ ਵੀ ਇਹਨਾਂ ਨੇ ਛਡਾਉਣਾ ਨਹੀਂ ਲਾਉਣ ਗਈ ਚੰਗੀ ਸਿੱਖਿਆ ਨਹੀਂ ਦੇਣੀ ਮਾਂ ਨੇ ਇਹ ਕਿਉਂ ਕਿਹਾ ਵੀ ਅੰਮ੍ਰਿਤਪਾਲ ਕੋਲ ਛੱਡ ਗਿਆ ਹੁਣ ਕਰੈਕਟਰ ਡਿਫਾਈਨ ਕਰਨ ਦੀ ਲੋੜ ਹੈਗੀ ਆ ਦੱਸਣ ਦੀ ਲੋੜ ਹੈਗੀ ਕਿ ਲੋਕਾਂ ਦੇ ਅੰਦਰ ਕੀ ਜਗ੍ਹਾ ਬਣ ਚੁੱਕੀ ਉਹਦੀ ਸੋ ਜਿਤ ਨਾਇਕ ਉਹ ਨਾਇਕ ਹੁੰਦੇ ਆ ਲੋਕ ਨਾਇਕ ਬਣਾਉਂਦੇ ਆ ਲੋਕਾਂ ਦੇ ਲੀਡਰ ਹੁੰਦੇ ਆ ਲੋਕਾਂ ਦੇ ਆਗੂ ਹੁੰਦੇ ਨੇ ਨਾ ਨਾਇਕ ਇੱਥੇ ਜਗ੍ਹਾ ਇੱਥੇ ਘਰ ਹੁੰਦਾ ਨਾਇਕਾਂ ਦਾ ਸੋ ਨਾਇਕ ਬਣੇ ਜਿਹੜੇ ਔਰ ਉਹ ਵੀ ਉਹ ਲੋਕ ਜਿਨ੍ਹਾਂ ਦਾ ਕਰਦਾਰ ਲੋਕਾਂ ਨੂੰ ਪਤਾ ਹੈ ਕਿ ਸੱਤਾ ਜਿ ਰਹਿੰਦੇ ਆ ਰਲ ਜਾਂਦੇ ਆ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਤੁਹਾਡੇ ਕੋਲ ਹੋਰ بڑے ਮੁੱਦੇ ਨੇ ਅੰਮ੍ਰਿਤਪਾਲ ਨੂੰ ਪਾਸੇ ਰੱਖ ਦਿਓ ਉਹਦੇ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਨਾ ਸਵਾਲ ਖੜੇ ਕਰੋ ਇਹ ਲੀਡਰਾਂ ਨੂੰ ਮੈਂ ਇਸ ਮੇਰੀ ਸਲਾਹ ਹੈ ਤੁਹਾਡੇ ਕੋਲ بڑا ਕੰਮ ਆ ਕਰਨ ਨੂੰ ਪੰਜਾਬ ਦੇ ਲੋਕਾਂ ਦਾ ਲੋਕਾਂ ਦਾ ਦੁੱਖ ਸੁੱਖ ਵੰਡਾਓ ਉਹਨਾਂ ਮਾਵਾਂ ਦੇ ਅਥਰੂ ਪੁੰਜੋ ਉਹਨਾਂ ਉਹਨਾਂ ਮਾਵਾਂ ਦੇ ਅਥਰੂ ਆਉਣ ਵੀ ਨਾ ਦਿਓ ਜਿਨ੍ਹਾਂ ਦੇ ਬੱਚੇ ਹੈਗੇ ਆ ਜਾਓ ਉਹਨਾਂ ਕੋਲ ਉਹਨਾਂ ਨੂੰ ਮਿਲੋ ਉਹਨਾਂ ਦੇ ਬੱਚਿਆਂ ਨੂੰ ਦਾਖਲ ਕਰਾਓ ਭਰਤੀ ਕਰਾਓ ਨਸ਼ੇ ਛਡਵਾਓ ਬੱਚਿਆਂ ਨੂੰ ਸਿੱਧੇ ਰਸਤੇ ਤੋਰੋ ਚੰਗੀ ਚੰਗੀ ਗੱਲ ਇਹ ਹੈ ਤੁਹਾਡੇ ਵਾਸਤੇ ਇਹ ਜਿਹੜਾ ਤੁਸੀਂ ਕਰ ਰਹੇ ਹੋ ਨਾ ਇਹ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰ ਰਹੇ ਹੋ ਔਰ ਥੋੜਾ ਪਤਾ ਲੱਗ ਰਿਹਾ ਹੈ ਕਿ ਤੁਸੀਂ ਭਾਜਪਾ ਦੇ ਹੱਥ ਕੰਡੇ ਹੋ ਭਾਜਪਾ ਦੇ ਹੱਥ ਠੋਕੇ ਹੋ ਤੇ ਤੁਸੀਂ ਭਾਜਪਾ ਦੀ ਬੋਲੀ ਬੋਲ ਰਹੇ ਹੋ ਮੇਰੇ ਕੋ ਧੰਨਵਾਦ ਬਰਾੜ ਸਾਹਿਬ ਮਿਹਰਬਾਨੀ ਵੀਰੇ ਤਾਂ ਕਮਲਜੀਤ ਬਰਾੜ तमाम ਮੁੱਦਿਆਂ ਦੇ ਉੱਤੇ ਬੜਾ ਬੇਬਾਕੀ ਦੇ ਨਾਲ ਹਰ ਗੱਲ ਦਾ ਜਵਾਬ ਦਿੰਦੇ ਆ ਉਹਨਾਂ ਨੇ ਔਰ ਨਾਲ ਹੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਹੋਰ ਬਹੁਤ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਕਰ ਲੱਗੇ ਹੋਏ ਹੋ ਜੇਕਰ ਕੋਈ ਵਧੀਆ ਕੰਮ ਕਰ ਰਿਹਾ ਤਾਂ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਨਾ ਕਿ ਉਸ ਨੂੰ ਪੜਨਾ ਚਾਹੀਦਾ ਹੈ